ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਅੱਜ ਦੇ ਸ਼ੋਅ ਦੇ ਵਿੱਚ ਜਿਹੜੇ ਐਕਸਪਰਟ ਨੂੰ ਸੱਦਾ ਦਿੱਤਾ ਗਿਆ ਉਹਨੇ ਜੀ ਐਡੂ ਐਡਵਾਈਜ਼ਰ ਤੋਂ ਸੰਦੀਪ ਜੀ, ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਸੰਦੀਪ, ਮੈਂ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਸੰਦੀਪ ਜੀ ਸਾਡਾ ਮੌਜੂਦ ਰਹਿਣਗੇ, ਕੋਸ਼ਿਸ਼ ਕਰਾਂਗੇ ਇਹਨਾਂ ਦੇ ਐਕਸਪੀਰੀਅੰਸ ਨਾਲ ਤੁਹਾਨੂੰ ਜਿਹੜੀ ਚੀਜ਼ਾਂ ਜਾਣਨੀਆਂ ਜ਼ਰੂਰੀ ਨੇ ਨਿਊਜ਼ੀਲੈਂਡ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ, ਉਹ ਚੀਜ਼ਾਂ ਡਿਸਕਸ ਕਰਕੇ ਤੁਹਾਡੇ ਅੱਗੇ ਰੱਖ ਸਕੀਏ। ਕਿਉਂਕਿ ਸਟੂਡੈਂਟ ਅੱਜ ਜਿਹੜਾ ਫਰੈਸ਼ਰ ਪਾਸ ਆਊਟ ਹੋਇਆ, ਜਿਹਨੇ ਹੁਣ ਅਪਲਾਈ ਕਰਨਾ, ਉਹਨੂੰ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਮਝ ਨਹੀਂ ਆ ਰਹੀਆਂ, ਜਿਹੜੀਆਂ ਉਹਨੂੰ ਸਮਝਣੀਆਂ ਚਾਹੀਦੀਆਂ। ਕਿਉਂਕਿ ਮਾਰਕੀਟ ਦੇ ਵਿੱਚ ਕਾਫੀ ਐਸੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕੰਟਰੀ ਬਾਰੇ ਗਾਈਡ ਨਹੀਂ ਕੀਤਾ ਜਾਂਦਾ ਪ੍ਰੋਪਰਲੀ, ਤੁਹਾਨੂੰ ਕੋਰਸ ਬਾਰੇ ਗਾਈਡ ਨਹੀਂ ਕੀਤਾ ਜਾਂਦਾ, ਜਿਹਦੇ ਕਰਕੇ ਹੁੰਦਾ ਕਿ ਰਿਜੈਕਸ਼ਨ ਲੱਗ ਜਾਂਦੀ ਹੈ ਬੱਚੇ ਦੀ। ਸੋ ਚੀਜ਼ਾਂ ਨਾ ਹੋਣ, ਅੱਜ ਪ੍ਰੋਪਰ ਡਿਸਕਸ਼ਨ ਦੇ ਲਈ ਸੱਦਾ ਦਿੱਤਾ ਗਿਆ। ਤੁਹਾਡੇ ਮਨ ਦੇ ਵਿੱਚ ਆਪਣੀ ਪ੍ਰੋਫਾਈਲ ਨੂੰ ਲੈ ਕੇ ਕੋਈ ਜਾਣਕਾਰੀ ਲੈਣੀ ਹੈ ਤਾਂ ਸਿੱਧਾ ਵੀ ਇਹਨਾਂ ਦੇ ਫੋਨ ਕਾਲ ਜ਼ਰੀਏ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਸ਼ੁਰੂਆਤ ਕਰਾਂਗਾ ਨਿਊਜ਼ੀਲੈਂਡ ਨੂੰ ਲੈ ਕੇ। ਮੈਮ, ਨਿਊਜ਼ੀਲੈਂਡ ਇੱਕ ਡੈਸਟੀਨੇਸ਼ਨ ਐਜ਼ ਅ ਸਟੂਡੈਂਟ ਕਿਵੇਂ ਦੇਖਦੇ ਹੋ? ਕਿਸ ਤਰ੍ਹਾਂ ਦੀ ਕੰਟਰੀ, ਕਿਸ ਤਰ੍ਹਾਂ ਦੀ ਡੈਸਟੀਨੇਸ਼ਨ ਐਜ਼ ਅ ਸਟੂਡੈਂਟ ਜੇ ਕੋਈ ਜਾਂਦਾ ਕਿਵੇਂ ਦੀ ਹੈ? ਬੇਸਿਕਲੀ ਬਹੁਤ ਵਧੀਆ ਕੰਟਰੀ ਹੈ ਕਿਉਂਕਿ ਇਹ ਡਿਵੈਲਪਿੰਗ ਕੰਟਰੀ ਹੈ ਤਾਂ ਇਸ ਲਈ ਗਰੋਥ ਦੇ ਬਹੁਤ ਜ਼ਿਆਦਾ ਚਾਂਸਿਸ ਹੈ, ਜੋਬਸ ਬਹੁਤ ਅਵੇਲੇਬਲ ਹੈ। ਇਹ ਯੂ ਐੱਸ ਔਰ ਯੂ ਕੇ ਦੀ ਤਰ੍ਹਾਂ ਨਹੀਂ ਹੈ ਕਿ ਤੁਹਾਡੇ ਇੱਕ ਸਟੈਗਨੈਂਟ ਪੁਆਇੰਟ ਆ ਗਿਆ ਔਰ ਜਿੱਥੇ ਤੁਹਾਡੇ ਕੋਲ ਜੋਬਸ ਅਵੇਲੇਬਲ ਨਹੀਂ ਹੈਗੀਆਂ, ਜਾਂ ਸਟੂਡੈਂਟ ਉੱਥੇ ਜਾ ਕੇ ਜਿਸ ਤਰ੍ਹਾਂ ਲੇਬਰ ਵਰਕ ਕਰ ਰਹੇ ਨੇ ਜਾਂ ਉਹਨਾਂ ਨੂੰ ਕੰਮ ਦੀ ਪ੍ਰੋਬਲਮ ਆ ਜਾਂਦੀ ਹੈ। ਮੈਂ ਯੂ ਕੇ ਗਈ ਅਤੇ ਮੈਂ ਦੇਖਿਆ ਲੰਡਨ ਵਿੱਚ ਕਿ ਕੁਛ ਸਟੂਡੈਂਟ ਇਸ ਤਰ੍ਹਾਂ ਦੇ ਹੈਗੇ ਸੀ ਜਿਹੜੇ ਉੱਥੇ ਮਾਸਟਰ MIT ਵਾਸਤੇ ਗਏ ਹੋਏ ਨੇ ਔਰ ਉਹਦੇ ਬਾਅਦ ਜਿਹੜੇ ਸੀ ਉਹ ਨਾ ਸਵੇਰੇ ਉੱਥੇ, ਤੁਹਾਨੂੰ ਅਗਰ ਪਤਾ ਹੋਏਗਾ ਉੱਥੇ ਤਾਂ ਸਵੇਰੇ ਇੱਕ ਚੌਂਕ ਜਿਹਾ ਹੈਗਾ, ਉੱਥੇ ਸਟੂਡੈਂਟ ਔਰ ਲੋਕ ਜਾ ਕੇ ਇਕੱਠੇ ਹੋ ਜਾਂਦੇ ਆ, ਇੱਕ ਬੱਸ ਇੱਕ ਵੱਡੀ ਗੱਡੀ ਆਉਂਦੇ ਆ ਉਸ 'ਚ ਸਾਰੇ ਭਰ ਕੇ ਉਹਨਾਂ ਨੂੰ ਲੈ ਜਾਂਦੇ ਆ ਫੋਰ ਦਾ ਲੇਬਰ ਵਰਕ ਐਂਡ ਦੇ ਆਲ ਆਰ ਡੂਇੰਗ ਦੈਟ। ਲਾਈਕ ਆਈ ਐਮ ਨੋਟ ਸੇਇੰਗ ਆਲ, ਬਟ ਦੇ ਆਰ ਮੇਜਰ ਆਫ ਸਟੂਡੈਂਟ ਜੋ ਇਹ ਕੰਮ ਕਰ ਰਹੇ ਸੀ। ਬਟ ਨਿਊਜ਼ੀਲੈਂਡ ਆਈ ਹੈਵ ਨੈਵਰ ਸੀਨ ਦੀਸ ਕਾਇੰਡ ਆਫ ਥਿੰਗਸ। ਨਿਊਜ਼ੀਲੈਂਡ ਇੱਕ ਡਿਫਰੈਂਟ ਉਹ ਹੈ, ਤੁਹਾਨੂੰ ਅਗਰ ਤੁਹਾਡਾ ਤੁਸੀਂ ਅਗਰ ਮਾਸਟਰਸ ਵਾਸਤੇ ਜਾ ਰਹੇ ਹੋ ਜਾਂ ਤੁਸੀਂ ਗ੍ਰੈਜ ਡਿਪਲੋਮਾ ਵਾਸਤੇ ਜਾ ਰਹੇ ਹੋ, ਤੁਸੀਂ ਇੰਜੀਨੀਅਰਿੰਗ ਕੋਰਸਿਸ ਵਾਸਤੇ ਜਾ ਰਹੇ ਹੋ ਤਾਂ ਤੁਹਾਨੂੰ ਇੰਜੀਨੀਅਰਿੰਗ ਦੀ ਇੰਨੀ ਜੋਬ ਐਂਪਲ ਆਫ ਜੋਬ ਅਵੇਲੇਬਲ ਹੈ ਕਿ ਤੁਸੀਂ ਜਨਰਲੀ, ਮੈਂ ਦੇਖਿਆ ਕਿ ਮੇਰੇ ਸਟੂਡੈਂਟ ਦਾ ਜਿਸ ਟਾਈਮ ਆਪਣਾ ਪ੍ਰੋਗਰਾਮ ਕਰ ਰਹੇ ਨੇ, ਸਟੱਡੀ ਕਰ ਰਹੇ ਨੇ, ਉਹਨਾਂ ਨੂੰ ਉਸ ਟਾਈਮ ਜੋਬ ਅਵੇਲੇਬਲ ਉਹਨਾਂ ਦੀ, ਬਿਕੋਜ਼ ਉਹਨਾਂ ਨੇ ਰਾਈਟ ਪਾਥ ਚੁਣਿਆ ਹੈ, ਉਹਨਾਂ ਨੇ ਇੱਕ ਆਪਣਾ ਡੈਸਟੀਨੇਸ਼ਨ ਲੈ ਕੇ ਚੱਲਿਆ ਕਿ ਹਾਂ ਮੈਂ ਅਗਰ ਇਹ ਕੰਮ ਕਰਨਾ ਹੈ, ਮਤਲਬ ਮੈਂ ਅਗਰ ਇੰਜੀਨੀਅਰਿੰਗ ਕਰ ਰਿਹਾ ਤਾਂ ਮੈਨੂੰ ਇੰਜੀਨੀਅਰਿੰਗ ਦੇ ਰਿਲੇਟਿਡ ਮੈਨੂੰ ਜੋਬ ਚਾਹੀਏ, ਮਕੈਨੀਕਲ ਹੈ, ਸਿਵਿਲ ਹੈ, ਜੋ ਵੀ ਹੈ, ਕੰਪਿਊਟਰ ਹੈ, ਮੈਂ ਜੋ ਵੀ ਮੈਂ ਸਟੱਡੀ ਕਰ ਰਿਹਾ ਉਸ ਦੇ ਰਿਲੇਟਿਡ ਮੈਨੂੰ ਜੋਬ ਚਾਹੀਦੀ ਹੈ ਔਰ ਉਸ ਦੇ ਰਿਲੇਟਿਡ ਉਹਨਾਂ ਨੂੰ ਜੋਬ ਮਿਲ ਜਾਂਦੀ ਹੈ। ਸੰਦੀਪ ਮੈਮ, ਜਿਵੇਂ ਨਿਊਜ਼ੀਲੈਂਡ ਦੀ ਪਾਲਿਸੀ ਹੈ ਸਟੱਡੀ, ਵਰਕ ਐਂਡ ਲਿਵ, ਜਾਂ ਜਿਹਨੂੰ ਸੈਟਲ ਕਹਿ ਲਈਏ, ਪੜ੍ਹਨ ਲਈ ਆਓ, ਕੰਮ ਕਰੋ ਅਤੇ ਉੱਥੇ ਸੈਟਲ ਹੋਣ ਦਾ ਵੀ ਮੌਕਾ ਦਿੱਤਾ ਜਾਂਦਾ। ਇੱਕ ਇਹਨਾਂ ਨੂੰ ਜਿਹੜੀ ਇਹ ਖਾਸ ਜਿਹੜੀ ਚੀਜ਼ ਹੈ ਡੈਡੀਕੇਟ ਹੁੰਦੀ ਹੈ, ਹਰ ਇੱਕ ਸਟੂਡੈਂਟ ਜਿਹੜਾ ਨਿਊਜ਼ੀਲੈਂਡ ਪੜ੍ਹਨ ਜਾਣਾ ਚਾਹੁੰਦਾ ਜਾਂ ਕੁਝ ਸਟੂਡੈਂਟ ਜਿਹੜੇ ਇਹਦੇ ਵਿੱਚ ਆਉਂਦੇ ਨੇ? ਨਹੀਂ, ਹਰ ਇੱਕ ਸਟੂਡੈਂਟ ਵਾਸਤੇ ਓਪਨ ਹੈਗਾ, ਇਸ ਤਰ੍ਹਾਂ ਨਹੀਂ ਹੈ। ਨਿਊਜ਼ੀਲੈਂਡ ਜਿਹੜੀ ਹਾਈ ਕਮਿਸ਼ਨ ਦੀ ਵੈਬਸਾਈਟ ਉਹਦੇ 'ਤੇ ਲਿਖਿਆ ਹੋਇਆ ਕਿ ਦੇ ਗਿਵ ਯੂ ਆਪਸ਼ਨ ਟੂ ਸਟੱਡੀ, ਲਿਵ ਐਂਡ ਸੈਟਲ ਦੇਅਰ, ਲੇਕਿਨ ਉਹ ਤੁਸੀਂ ਸਹੀ ਤਰੀਕੇ ਜਾਓ। ਕੁਝ ਸਟੂਡੈਂਟ ਕੀ ਕਰਦੇ ਆ ਕਿ ਇੰਡੀਆ ਤੋਂ ਜਾ ਰਹੇ ਨੇ ਇੱਕ ਕੋਰਸ 'ਚ, ਉੱਥੇ ਜਾ ਕੇ ਉਹਨਾਂ ਦਾ ਕੋਈ ਦੋਸਤ ਯਾਰ ਜਾਂ ਰਿਸ਼ਤੇਦਾਰ ਪਹਿਲੇ ਬੈਠਾ, ਉਹਨੂੰ ਕਹਿ ਰਿਹਾ ਕਿ ਤੂੰ ਇਹ ਕੀ ਕੀਤਾ, $20,000 ਦੇ ਕੋਰਸ ਆ ਰਿਹਾ, ਚੱਲ ਮੈਂ ਤੈਨੂੰ $2,000 ਦਾ ਦਿਲਵਾਉਣਾ, ਉਹ ਕੋਰਸ ਚੇਂਜ ਕਰ ਲੈਂਦਾ। ਜਾਂ ਪਹਿਲਾ ਸਾਲ ਪੜ੍ਹਦਾ ਹੈ, ਜਿਵੇਂ ਹੁਣ 2 ਸਾਲ ਦਾ ਲੈਵਲ 5-6 ਤੋਂ ਪ੍ਰੋਗਰਾਮ 'ਤੇ ਗਿਆ, ਪਹਿਲਾ ਸਾਲ ਇੱਕ ਕਾਲਜ ਤੋਂ ਕਰਦਾ, ਦੂਸਰਾ ਸਾਲ ਸੋਚਦਾ ਕਿ ਮੈਂ ਕਿਉਂ ਕਰਾਂ, ਵੀ ਇੰਨੇ ਪੈਸੇ ਕਿਉਂ ਦਾ, ਮੈਂ ਤਾਂ ਲੋਕਲ ਹੋ ਗਿਆ, ਮੈਂ ਇੱਕ ਸਾਲ ਦੇਖ ਲਿਆ, ਮੈਂ $500-600 ਦੇ ਇੱਕ ਕੋਰਸ 'ਤੇ ਚਲਾ ਜਾਂਦਾ। ਉਹ ਕੀ ਕਰਦਾ, ਉਹ ਚੇਂਜ ਕਰ ਲੈਂਦਾ, ਲੇਕਿਨ ਚੇਂਜ ਕਰਨ 'ਚ ਉਹਨੂੰ ਇਹ ਸਮਝ ਨਹੀਂ ਆਉਂਦਾ ਕਿ ਉਹਦੇ ਪਾਸਵਰਡ ਦੇ ਉੱਤੇ 5 ਐਂਡ 6 ਦਾ ਇੱਕ ਸਟੈਂਪ ਲੱਗੀ ਹੋਈ ਹੈ ਕਿ ਤੁਸੀਂ ਪ੍ਰੋਗਰਾਮ ਕਰਨਾ ਹੈ, ਇਹ ਲੈਵਲ ਹੈ, ਇਸ ਇਹ ਪ੍ਰੋਗਰਾਮ, ਇਹ ਕਾਲਜ, ਪੂਰਾ ਪਾਸਵਰਡ ਦੇ ਉੱਤੇ ਲਿਖਿਆ ਹੋਇਆ। ਅਗਰ ਤੁਸੀਂ ਉਹ ਪ੍ਰੋਗਰਾਮ ਚੇਂਜ ਕਰਦਾ ਤਾਂ ਮਤਲਬ ਤੁਹਾਡਾ ਕਾਲਜ ਚੇਂਜ ਹੋ ਗਿਆ, ਲੇਕਿਨ ਉਹ ਤੁਹਾਡੇ ਪਾਸਵਰਡ 'ਤੇ ਸਟੈਂਪ ਤਾਂ ਨਹੀਂ ਨਾ ਚੇਂਜ ਹੋਈ, ਇਸ ਦਾ ਮਤਲਬ ਤੁਸੀਂ ਇਲੀਗਲੀ ਜਾਂ ਇਨਡਾਇਰੈਕਟਲੀ ਗਲਤ ਕੰਮ ਕਰ ਰਹੇ ਹੋ, ਮਿਸਕਮਿਟਮੈਂਟ ਹੋ ਗਈ ਉਹ ਤੁਹਾਡੀ ਐਮਬੈਸੀ ਨਾਲ, ਅਤੇ ਉਹਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਫਿਰ ਇਹਨਾਂ ਸਟੂਡੈਂਟ ਵਾਸਤੇ ਜਿਹੜਾ ਉਹ ਲਿਵ ਪਾਥ ਵਾਲਾ ਜਿਹੜਾ ਹੈ ਪਾਥਵੇ ਜਿਹੜਾ ਉਹ ਖਤਮ ਹੋ ਜਾਂਦਾ, ਉਹ ਉਹਨਾਂ ਦਾ ਉਹ ਫਿਰ ਇਹ ਵਾਲੇ ਸਟੂਡੈਂਟ ਜਿਹੜੇ ਰੂਮਰ ਉਡਾਉਂਦੇ ਨੇ। ਕਮੀ ਵੀ ਹੈ ਵੀ ਇੱਥੋਂ ਹੀ ਬਸ ਬੇਸਿਕਲੀ ਪਹਿਲਾਂ ਸਮਝਾ ਕੇ ਹੀ ਨਹੀਂ ਭੇਜਿਆ ਜਾਂਦਾ ਬੱਚੇ ਨੂੰ ਪ੍ਰੋਪਰ, ਕੁਛ ਏਜੰਟ ਹੈਗੇ ਜਿਨ੍ਹਾਂ ਨੂੰ ਖੁਦ ਨੂੰ ਗਾਈਡੈਂਸ ਨਹੀਂ ਹੈਗੀ ਤਾਂ ਉਹ ਫਿਰ ਕਿਸ ਤਰ੍ਹਾਂ ਸਮਝਾਉਣਗੇ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨਿਊਜ਼ੀਲੈਂਡ ਨੇ ਤਾਂ ਬਹੁਤ ਪਲੱਸ ਪੁਆਇੰਟ ਕੀਤੇ ਹੈ। ਨਿਊਜ਼ੀਲੈਂਡ ਹੀ ਇੱਕ ਇਸ ਤਰ੍ਹਾਂ ਦੀ ਕੰਟਰੀ ਹੈਗੀ ਹੈ ਜਿਨ੍ਹਾਂ ਨੇ ਆਪਣੇ ਕੁਛ ਸਿਲੈਕਟਿਡ ਏਜੰਟ ਚੁਣੇ ਨੇ ਜਿਹੜੇ ਟ੍ਰੇਨਿੰਗ ਦਿੰਦੇ ਆ। ਤੁਸੀਂ ਨਿਊਜ਼ੀਲੈਂਡ ਦੇਖੋਗੇ ਕਿ ਉਹਨਾਂ ਦੀ ਵੈਬਸਾਈਟ ਦੇ ਉੱਤੇ ਹੀ ਇੱਕ ਪੂਰਾ ਇਗਜ਼ਾਮ ਹੈਗਾ ਜਿਹੜਾ ਏਜੰਟ ਟ੍ਰੇਨਿੰਗ ਪ੍ਰੋਗਰਾਮ ਹੈਗਾ, ਉਹ ਤੁਸੀਂ ਇਗਜ਼ਾਮ ਉਹ ਹਰ ਏਜੰਟ ਦੇ ਸਕਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਉਹ ਕੋਈ ਵੀ ਨਹੀਂ ਦੇ ਸਕਦਾ, ਲੇਕਿਨ ਉਹਦੇ ਵਾਸਤੇ ਨੌਲੇਜ ਤਾਂ ਚਾਹੀਦੀ ਹੈ। ਤੁਸੀਂ ਉਸ ਇਗਜ਼ਾਮ ਨੂੰ ਪਾਸ ਕਰਨ ਵਾਸਤੇ ਤੁਹਾਨੂੰ ਅਗਰ ਅਬਾਊਟ ਨਿਊਜ਼ੀਲੈਂਡ ਨੌਲੇਜ ਹੈ, ਤੁਹਾਨੂੰ ਪਤਾ ਹੈ, ਤੁਸੀਂ ਤਦ ਹੀ ਤੁਹਾਨੂੰ ਪਾਸ ਕਰ ਸਕਦੇ ਹੋ ਨਾ, ਅਦਰ
ਜਿਹੜੀਆਂ ਉਹਦੇ ਤੱਕ ਨਹੀਂ ਪਹੁੰਚ ਪਾ ਰਹੀਆਂ। ਦੇਖੋ ਨਿਊਜ਼ੀਲੈਂਡ ਸਭ ਤੋਂ ਪਹਿਲੇ ਸਟੂਡੈਂਟ ਨੂੰ ਇਹ ਜਾਣਨਾ ਉਹਨੂੰ ਆਪਣਾ ਮਨ ਬਣਾਉਣ ਦਾ ਜ਼ਰੂਰ ਹੈ, ਤਾਂ ਇਹੋ ਹੀ ਉਹਨਾਂ ਨੇ ਹਾਈ ਕਮਿਸ਼ਨ ਨੇ ਕਿਹਾ ਕਿ ਵਾਈ ਦੇ ਆਰ ਆਸਕਿੰਗ ਯੂ ਫੋਰ 6 ਮੰਥ ਓਲਡ ਫੰਡ। 6 ਮੰਥ ਓਲਡ ਫੰਡ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਮਨ ਬਣਾ ਰਹੇ ਹੋ, ਆਪਣੇ ਆਪ ਨੂੰ ਸੋਚ ਕੇ ਚੱਲ ਰਹੇ ਹੋ ਕਿ ਮੈਂ 6 ਮਹੀਨੇ ਤੋਂ ਮੈਂ ਪੂਰੀ ਤਿਆਰੀ ਕਰ ਰਿਹਾ। ਇਹ ਨਹੀਂ ਕਿ ਤੁਸੀਂ ਕੋਈ 2 ਮਹੀਨੇ 3 ਮਹੀਨੇ 'ਚ ਪ੍ਰੋਗਰਾਮ ਲੈ ਕੇ ਚਲੇ ਗਏ, ਉੱਥੇ ਜਾ ਕੇ ਤੁਸੀਂ ਹੋਮਸਿਕਨੈਸ ਫੀਲ ਕਰ ਰਹੇ ਹੋ, ਮੈਂ ਅੱਜ ਦਾਦੇ ਨੂੰ ਯਾਦ ਕਰ ਰਿਹਾ, ਮੈਂ ਨਾਨੇ ਨੂੰ ਕਰ ਰਿਹਾ, ਮੈਂ ਮਾਂ ਦੇ ਬਿਨਾਂ ਨਹੀਂ ਰਹਿ ਸਕਦਾ ਅਤੇ ਮੈਂ ਯੇ ਅਤੇ ਮੈਂ ਵੋ। ਇਹ ਨਹੀਂ, ਤੁਸੀਂ 6 ਮਹੀਨੇ ਤੱਕ ਆਪਣਾ ਪੂਰਾ ਪਲਾਨ ਬਣਾ ਲਿਆ। 6 ਮਹੀਨੇ ਆਲਮੋਸਟ ਬਹੁਤ ਵੱਡਾ ਪੀਰੀਅਡ ਹੁੰਦਾ, ਇਟਸ ਆਲਮੋਸਟ 1 ਸਾਲ। ਠੀਕ ਹੈ, ਤਾਂ ਪੂਰੀ ਤੁਸੀਂ ਤਿਆਰੀ ਕੀਤੀ ਹੈ, ਉਸ ਦੇ ਨਾਲ ਫਿਰ ਤੁਸੀਂ ਜਾ ਰਹੇ ਹੋ। ਅਤੇ ਇਹੀ ਨਿਊਜ਼ੀਲੈਂਡ ਦਾ ਮੋਟਿਵ ਹੈ, ਉਹ ਇਹ ਕਹਿੰਦੇ ਹੈ ਕਿ ਕੰਫਰਟੇਬਲ ਪੋਜੀਸ਼ਨ 'ਤੇ ਆ ਕੇ ਆਪਣੇ ਆਪ ਨੂੰ ਤੁਸੀਂ ਬਾਹਰ ਲੈ ਕੇ ਜਾਓ। ਇੱਕ ਮਤਲਬ ਐਸਾ ਨਹੀਂ ਕਿ ਪਸਦੜ ਵਿੱਚ ਸਾਰੇ ਕੰਮ ਕਰੋ। ਤੁਸੀਂ ਐਡੂ ਐਡਵਾਈਜ਼ਰ ਦੀ ਪਾਲਿਸੀਜ਼ ਨੂੰ, ਐਡੂ ਐਡਵਾਈਜ਼ਰ ਨੂੰ ਬਾਕੀਆਂ ਏਜੰਟਸ ਨਾਲੋਂ ਅਲੱਗ ਕੀ ਦੇਖਦੇ ਹੋ ਨਿਊਜ਼ੀਲੈਂਡ ਦੇ ਵਿੱਚ? ਪੋਜ਼ਿਟਿਵ ਸਭ ਤੋਂ ਜ਼ਿਆਦਾ ਹੈ ਕਿ ਮੇਰੇ ਕੋਲ ਐਕਸਪੀਰੀਅੰਸ ਬਹੁਤ ਆ। ਦੂਸਰਾ ਪੋਜ਼ਿਟਿਵ ਇਹ ਹੈਗਾ ਕਿ ਮੈਂ ਜੋ ਕਰ ਰਹੀ ਹਾਂ, ਮੈਂ ਸਿਰਫ ਨਿਊਜ਼ੀਲੈਂਡ ਔਰ ਕੈਨੇਡਾ ਹੀ 2 ਕੰਟਰੀ ਕਰ ਰਿਹਾ। ਇਹ ਨਹੀਂ ਮੈਂ ਤੁਹਾਨੂੰ ਕਹਾਂਗੀ ਕਿ ਸਟੂਡੈਂਟ ਮੈਨੂੰ ਕਹਿ ਰਿਹਾ ਮੈਨੂੰ ਬਿਨਾਂ ਆਲਸੇ ਭੇਜੋ, ਮੈਂ ਉਹਨੂੰ ਕਹਿੰਦੀ ਹਾਂ ਚੱਲ ਤੂੰ ਸਿੰਗਾਪੁਰ ਚੱਲ ਜਾ। ਸਟੂਡੈਂਟ ਮੈਨੂੰ ਕਹਿ ਰਿਹਾ ਮੈਂ ਪ੍ਰੋਗਰਾਮ ਕਰਨਾ ਮੈਨੂੰ ਯੂਕੇ ਭੇਜੋ, ਮੈਂ ਕਹਿੰਦੀ ਹਾਂ ਮੈਂ ਯੂਕੇ, ਮੈਂ ਉਹਦੇ ਤੋਂ ਯੂਕੇ ਕਰਾ ਰਹੀ ਉਹਦੇ ਤੋਂ US। ਨੋ, ਆਈ ਡੋਂਟ ਡੂ ਦੈਟ, ਬਿਕੋਜ਼ ਮੈਨੂੰ ਲੱਗਦਾ ਹੈ ਆਈ ਡੋਂਟ ਵਾਂਟ ਟੂ ਬੀ ਜੈਕ ਆਫ ਆਲ ਔਰ ਮਾਸਟਰ ਫੋਰ ਨਥਿੰਗ। ਮੈਨੂੰ ਮੈਂ ਆਈ ਐਮ ਮਾਸਟਰ ਆਫ ਨਿਊਜ਼ੀਲੈਂਡ, ਆਈ ਐਮ ਮਾਸਟਰ ਆਫ ਕੈਨੇਡਾ, ਸੋ ਆਈ ਐਮ ਡੂਇੰਗ ਕੈਨੇਡਾ ਔਰ ਨਿਊਜ਼ੀਲੈਂਡ ਓਨਲੀ। ਆਈ ਕੈਨ ਡੂ ਐਵਰੀ ਕੰਟਰੀ। ਪਾਲਿਸੀਜ਼ ਦੇ ਵਿੱਚ ਇੱਕ ਪਾਲਿਸੀਜ਼ ਬਣਦੀਆਂ, ਇੱਕ MD ਜਿਹੜਾ ਪਾਲਿਸੀ ਬਣਾਉਂਦਾ ਵੀ ਬਾਕੀ ਲੋਕ ਆ ਸਟੂਡੈਂਟ ਨਾਲ ਗਲਤ ਕਰਦੇ ਨੇ, ਗਾਈਡੈਂਸ ਦੇ ਵਿੱਚ, ਕੋਰਸ ਦੇ ਵਿੱਚ, ਸਕਾਲਰਸ਼ਿਪਸ ਨਹੀਂ ਦਿੰਦੇ, ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ। ਜੋ ਐਡਵਾਈਜ਼ਰ ਦੀ ਪਾਲਿਸੀ ਹੈ ਉਹ ਅਸੀਂ ਪਾਲਿਸੀ ਆ ਲੈ ਕੇ ਚੱਲਦੇ ਕਿ ਅਸੀਂ ਉਹਨਾਂ ਦਾ ਕਰੀਅਰ ਤੋਂ ਪਹਿਲੇ ਸੋਚਦੇ ਆ। ਸਟੂਡੈਂਟ ਕਹਿੰਦਾ ਹੈ ਜਾਂ ਏਜੰਟ ਹੈ ਕਹਿੰਦੇ ਕਿ ਪਹਿਲੇ ਉਹਨਾਂ ਦੇ ਪ੍ਰੋਗਰਾਮ ਤੋਂ ਸੋਚੋ, ਪਹਿਲੇ ਉਹਨਾਂ ਦੇ ਕੋਰਸ ਤੋਂ ਸੋਚੋ। ਮਾਈ ਪਾਲਿਸੀ ਇਜ਼ ਕਿ ਮੈਂ ਉਹਨਾਂ ਨੂੰ ਇਹ ਸੋਚਿਆ ਕਿ ਮੈਂ ਉਹਨਾਂ ਦਾ ਕਰੀਅਰ, ਕਿਉਂਕਿ ਅਲਟੀਮੇਟਲੀ ਸਟੂਡੈਂਟ ਨੇ ਜੋ ਵੀ ਕੋਰਸ ਕਰਨਾ ਹੈ ਉਹਨੇ ਐਂਡ ਆਫ 'ਤੇ ਜਾ ਕੇ ਆਪਣਾ ਕਰੀਅਰ ਤਾਂ ਬਣਾਉਣਾ ਹੀ ਹੈ। ਆਹ ਸਟੂਡੈਂਟ ਇੰਡੀਆ ਤੋਂ ਇੱਕ ਕੁੱਕਰੀ ਕੋਰਸ ਲੈ ਕੇ, ਉਹਨੇ ਦੋਸਤ ਨੇ ਕਿਹਾ, ਉਹਨੇ ਕਿਹਾ XYZ ਨੇ ਕੁੱਕਰੀ ਕੋਰਸ 'ਚ ਬੜੀ ਜੋਬਸ ਆ, ਆ ਜਾ ਤੂੰ ਕੁੱਕਰੀ ਕੋਰਸ 'ਚ ਜ਼ਿਆਦਾ। ਉਹ ਕੁੱਕਰੀ ਕੋਰਸ 'ਚ ਚਲਾ ਜਾਂਦਾ, ਲੇਕਿਨ ਪਤਾ ਲੱਗਦਾ ਹੈ ਕਿ ਸਟੂਡੈਂਟ ਤਾਂ ਵੈਜੀਟੇਰੀਅਨ ਸੀ, ਔਰ ਉੱਥੇ ਜਾ ਕੇ ਉਹਨੂੰ ਜਦੋਂ ਉਹਨਾਂ ਨੇ ਫਿਸ਼ ਅੱਗੇ ਰੱਖਤੀ ਉਹਨੂੰ ਕਿਹਾ ਇਹਨੂੰ ਕੱਟ, ਔਰ ਉਹਨੂੰ ਉੱਥੇ ਜਾ ਕੇ ਉਲਟੀਆਂ ਆ ਰਹੀਆਂ ਉਹਦੇ ਤੋਂ ਦੇਖ ਕੇ। ਬਿਕੋਜ਼ ਆਨ ਸਮਟਾਈਮ ਕੋਈ ਅਗਰ ਗ੍ਰਾਫਿਕ ਡਿਜ਼ਾਇਨਿੰਗ, ਅਸੀਂ ਆ ਜੇ ਕਹੀਏ ਕਿ ਸਟੂਡੈਂਟ ਨੂੰ ਕੋਈ ਡਿਜ਼ਾਇਨਿੰਗ ਜਾਂ ਕੁਝ, ਉਹਨਾਂ ਨੇ ਇਹ ਸਿਰਫ ਡਿਜ਼ਾਇਨਿੰਗ ਤੁਹਾਨੂੰ ਉਹਦੇ 'ਤੇ ਨਹੀਂ ਹੈ, ਇੱਕ ਤੁਹਾਡਾ ਡਰਾਇੰਗ ਦਾ ਇੱਕ ਨੌਲੇਜ ਤਾਂ ਹੋਣੀ ਚਾਹੀਦੀ ਹੈ। ਮਤਲਬ ਤੁਸੀਂ ਜਿਸ ਚੀਜ਼ 'ਚ ਤੁਹਾਨੂੰ ਇੰਟਰਸਟ ਨਹੀਂ ਹੈ, ਜਿਸ ਚੀਜ਼ ਦਾ ਤੁਹਾਨੂੰ ਸਮਝ ਨਹੀਂ ਆ ਰਿਹਾ, ਜਾਂ ਤੁਸੀਂ ਉਸ ਕਰੀਅਰ ਦੇ ਵਿੱਚ ਅੱਗੇ ਜਾ ਕੇ ਇੰਟਰਸਟਿਡ ਨਹੀਂ ਹੋ, ਤਾਂ ਉਹ ਕੋਰਸ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਕੋਰਸ ਤੁਸੀਂ ਚੁਣੋਗੇ ਤੁਹਾਨੂੰ ਅਲਟੀਮੇਟਲੀ ਐਂਡ ਆਫ ਦਾ ਡੇ ਉਸੇ ਕੋਰਸ 'ਚ ਆਪਣਾ ਕਰੀਅਰ ਬਣਾਉਣਾ ਪਏਗਾ, ਨਹੀਂ ਤਾਂ ਤੁਸੀਂ ਉੱਥੇ ਸੈਟਲ ਨਹੀਂ ਹੋ ਸਕਦੇ। ਇਨਫੈਕਟ ਮੈਂ ਕਹਾਂਗੀ ਤੁਸੀਂ ਕਿਸੇ ਵੀ ਕੰਟਰੀ 'ਚ ਸੈਟਲ ਨਹੀਂ ਹੋ ਸਕਦੇ ਅਗਰ ਆਪਣਾ ਐਜੂਕੇਸ਼ਨ ਦੇ ਰਿਲੇਟਿਡ ਆਪਣੇ ਕੋਰਸ ਨੂੰ ਤੁਸੀਂ ਜਾਂ ਆਪਣੇ ਕਰੀਅਰ ਨੂੰ ਨਹੀਂ ਚੁਣਦੇ। ਬਿਲਕੁਲ, ਮਾਈ ਪਾਲਿਸੀ ਇਜ਼ ਕਿ ਮੈਂ ਸਟੂਡੈਂਟ ਨੂੰ ਪਹਿਲੇ ਮੈਂ ਉਹਦਾ ਰਿਵਰਸ ਲੈ ਕੇ ਚੱਲਦੇ ਹਾਂ, ਮੈਂ ਪਹਿਲੇ ਉਹਨੂੰ ਉਹਦੇ 'ਤੇ ਕਰੀਅਰ ਤੋਂ ਪੁੱਛ ਰਿਹਾ ਕਿ ਬੇਟਾ ਤੂੰ ਕੀ ਕਰਨਾ ਕੀ ਹੈ, ਤੇਰਾ ਕੀ ਪਲਾਨ ਕੀ ਹੈ, ਤੈਨੂੰ ਕੀ ਚਾਹੀਦਾ ਅੱਗੇ ਫਿਊਚਰ ਵਿੱਚ, ਕੀ ਬਣਨਾ, ਸ਼ੈਫ ਬਣਨਾ ਤਾਂ ਹਾਂ ਤੇਰੇ ਵਾਸਤੇ ਇਹ ਵਾਲਾ ਚੀਜ਼ ਬਹੁਤ ਅੱਛੀ ਹੈ, ਅਗਰ ਤੂੰ ਇੰਜੀਨੀਅਰ ਬਣਨਾ ਤਾਂ ਇਹ ਕੋਰਸ ਬਹੁਤ ਅੱਛਾ। ਫਿਰ ਅਸੀਂ ਉਸ ਚੀਜ਼ ਨੂੰ ਰਿਲੇਟ ਕਰਦੇ ਹਾਂ ਉਹਦੇ ਪ੍ਰੀਵੀਅਸ ਕੁਆਲੀਫਿਕੇਸ਼ਨ ਦੇ ਨਾਲ ਕਿ ਹਾਂ ਉਹਨੇ ਇਹ ਕੁਆਲੀਫਿਕੇਸ਼ਨ ਕੀਤੀ ਹੋਈ ਹੈ, ਇਸ ਕੁਆਲੀਫਿਕੇਸ਼ਨ ਦੇ ਨਾਲ ਇਹ ਵਾਲਾ ਕਰੀਅਰ ਔਰ ਇਹ ਕੋਰਸ ਬਣੇਗਾ, ਫਿਰ ਇਸ ਦਾ ਸਿਸਟਮ। ਅੱਜ ਜੇ ਨਿਊਜ਼ੀਲੈਂਡ ਨੂੰ ਲੈ ਕੇ ਗੱਲ ਕਰੀਏ, ਬਹੁਤ ਤਰ੍ਹਾਂ ਦੇ ਮੈਂ ਕਹੂੰਗਾ ਡਾਊਟਸ ਨੇ ਮਾਰਕੀਟ ਦੇ ਵਿੱਚ, ਇਹੀ ਵਜ੍ਹਾ ਕਰਕੇ ਨਿਊਜ਼ੀਲੈਂਡ ਬਹੁਤ ਜ਼ਿਆਦਾ ਹੁਣ ਪ੍ਰਮੋਟ ਹੋਣੋਂ ਹਟ ਗਿਆ। ਇੱਥੇ ਦਰਸ਼ਕ ਵੀ ਮੇਰੇ ਨਾਲ ਸਹਿਮਤ ਹੋਣਗੇ, ਨਿਊਜ਼ੀਲੈਂਡ ਦੀ ਬਹੁਤ ਜ਼ਿਆਦਾ ਐਡ ਨਹੀਂ ਹੈ, ਨਿਊਜ਼ੀਲੈਂਡ ਬਹੁਤ ਜ਼ਿਆਦਾ ਪ੍ਰਮੋਸ਼ਨ ਦੇ ਵਿੱਚ ਨਹੀਂ ਹੈ, ਕੋਈ ਗੱਲ ਕਰਨਾ ਜ਼ਿਆਦਾ ਵਧੀਆ ਪਸੰਦ ਨਹੀਂ ਕਰਦਾ। ਉਹਦਾ ਰੀਜ਼ਨ ਇਹ ਹੈਗਾ ਕਿ ਏਜੰਟ ਨੂੰ ਇਹ ਲੱਗਦਾ ਹੈ ਕਿ ਨਿਊਜ਼ੀਲੈਂਡ ਥੋੜ੍ਹਾ ਡਿਫੀਕਲਟ ਆ, ਡਿਫੀਕਲਟ ਇਸ ਕਰਕੇ ਹੈ ਕਿਉਂਕਿ ਨਿਊਜ਼ੀਲੈਂਡ 'ਚ ਬਹੁਤ ਵਾਈਡ ਕੋਰਸਿਸ ਦੀ ਰੇਂਜ ਹੈਗੀ ਆ। ਜੋ ਏਜੰਟ ਹੈ ਉਹ 2 ਕੋਰਸਿਸ ਲੈ ਕੇ ਚੱਲਦਾ, ਕੰਪਿਊਟਰ ਔਰ IT, ਉਹ ਕੰਪਿਊਟਰ ਔਰ ਬਿਜ਼ਨਸ, ਉਹਨੂੰ ਉਦੋਂ ਜਾਂ ਮੈਕਸੀਮਮ ਉਹਨੂੰ ਕੁੱਕਰੀ, ਇਹ 3 ਕੋਰਸਿਸ ਦੇ ਇਲਾਵਾ ਉਹਨੂੰ ਕੋਰਸਿਸ ਹੀ ਨਹੀਂ ਪਤਾ। ਨਿਊਜ਼ੀਲੈਂਡ 'ਚ ਬਹੁਤ ਇੱਕ ਕੰਪਿਊਟਰ 'ਤੇ ਹੀ ਅਗਰ ਤੁਸੀਂ ਲੈ ਕੇ ਚੱਲੋ, ਤੁਹਾਡੇ ਕੋਲ ਕਲਾਊਡ ਕੰਪਿਊਟਿੰਗ ਹੈ, ਮਲਟੀਮੀਡੀਆ, ਗ੍ਰਾਫਿਕ ਡਿਜ਼ਾਇਨਿੰਗ ਹੈ, ਤੁਹਾਡੇ ਕੋਲ ਲਾਈਕ ਐਂਪਲ ਆਫ ਕੋਰਸਿਸ ਇੱਕ ਕੰਪਿਊਟਰ ਦੇ ਰਿਲੇਟਿਡ ਹੀ ਹੈ। ਬਿਜ਼ਨਸ 'ਚ ਲੈ ਕੇ ਚੱਲੋ ਕਿ ਤੁਹਾਡੇ ਕੋਲ ਬਿਜ਼ਨਸ IT ਹੈ, ਬਿਜ਼ਨਸ ਹੈ, ਬਿਜ਼ਨਸ ਮੈਨੇਜਮੈਂਟ ਆ, ਉਹਦੇ 'ਤੇ ਰਿਲੇਟਿਡ ਬਹੁਤ ਆ। ਅਤੇ ਇਹਦੇ ਵਿੱਚ ਨਾ ਏਜੰਟ ਨੂੰ ਨਾ ਨੌਲੇਜ ਨਹੀਂ ਹੈ। ਏਜੰਟ ਸੋਚਦਾ ਹੈ ਕਿ ਠੀਕ ਹੈ ਮੈਂ ਜ਼ਿਆਦਾ ਪੇਨ ਚਲਾਈ ਕਿਉਂ, ਉਹ 2-3 ਕਾਲਜਿਸ ਲੈ ਕੇ ਚੱਲਦਾ ਔਰ ਉਸੇ ਦੇ ਉੱਤੇ ਕੰਮ ਚਲਾਈ ਜਾ ਰਿਹਾ। ਇਸ ਕਰਕੇ ਜੋ ਹੈ ਨਾ ਉਹ ਨਿਊਜ਼ੀਲੈਂਡ ਤੋਂ ਡਰ ਰਿਹਾ, ਔਰ ਦੂਸਰਾ ਜੋ ਨਿਊਜ਼ੀਲੈਂਡ ਦੇ ਫੰਡਸ ਤੋਂ ਲੈ ਕੇ ਬਾਕੀ ਕੰਟਰੀ 'ਚ ਉਹ ਕੀ ਕਰਦੇ ਆ, ਫੰਡਸ ਇੱਧਰ ਉੱਧਰ ਅਰੇਂਜ ਕੀਤੇ ਕੰਮ ਚਲਾ ਲਿਆ। ਜਿਵੇਂ ਅਗਰ ਮੈਂ ਹੁਣ ਆਈ ਡੋਂਟ ਵਾਂਟ ਟੂ ਸੇ ਦਿਸ ਥਿੰਗ, ਬਟ ਆਸਟ੍ਰੇਲੀਆ 'ਚ ਤੁਸੀਂ ਕਹੋਗੇ ਕਿ 1 ਮਹੀਨਾ ਪੁਰਾਣੇ ਫੰਡਸ ਚੱਲ ਜਾਂਦੇ ਆ,
ਜਿਹੜੇ ਪ੍ਰੋਸੈਸਿੰਗ ਫੀਸ ਹੈ ਆਪਣੇ ਆਪ ਦੀ ਰਿਕਾਰਡ ਗੱਲ ਚੱਲ ਰਹੀ, ਤੁਸੀਂ ਕਿਹਾ ਵੀ ਮੈਂ ਨਾ ਕੈਨੇਡਾ ਦੀ ਨਾ ਨਿਊਜ਼ੀਲੈਂਡ ਦੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਰੱਖੀ ਆਪਣੀ ਜੀ ਕੰਪਨੀ ਜੀ ਦੇ ਵਿੱਚ, ਸਪੈਸ਼ਲੀ ਇੰਸਟਰਕਸ਼ਨਸ ਨੇ ਕੋਈ ਵੀ ਬੱਚੇ ਤੋਂ ਪੈਸਾ ਨਹੀਂ ਲੈਣਾ ਜੀ ਜੀ ਕੋਈ ਖਾਸ ਵਜ੍ਹਾ? ਉਹਦੀ ਖਾਸ ਵਜ੍ਹਾ ਇਹ ਹੈਗੀ ਹੈ ਕਿ ਅਗਰ ਅਸੀਂ ਸਟੂਡੈਂਟ ਤੋਂ ਪਹਿਲੇ ਪਹਿਲੇ ਪ੍ਰੋਸੈਸਿੰਗ ਫੀਸ ਲੈ ਲੈਂਦੇ ਹਾਂ ਤਾਂ ਸਾਨੂੰ ਕੰਮ ਕਰਨ ਦਾ ਮਜ਼ਾ ਕੀ ਆਏਗਾ, ਸਾਨੂੰ ਉਸ ਦੀ ਫਾਈਲ ਤਿਆਰ ਕਰਨ 'ਤੇ ਕੋਈ ਇੰਟਰਸਟ ਹੀ ਨਹੀਂ ਹੈਗਾ, ਮੇਰੇ ਕੋਲ ਤਾਂ ਪੈਸੇ ਆ ਗਏ, ਮੈਂ ਜੋ ਖਾਣਾ ਸੀ ਉਹਦੇ ਤੋਂ ਖਾ ਲਿਆ, ਫਿਰ ਉਹਦੀ ਫਾਈਲ 'ਚ ਵੀਜ਼ਾ ਆਏ ਜਾਂ ਨਾ ਆਏ ਤਾਂ ਮੇਰਾ ਕੋਈ ਇੰਟਰਸਟ ਨਹੀਂ ਹੈ। ਵੀਜ਼ਾ ਦੇ ਬਾਅਦ ਜੋ ਮੈਨੂੰ ਕਾਲਜ ਪੇ ਕਰੇਗਾ ਜਦ ਸਟੂਡੈਂਟ ਉੱਥੇ ਭੇਜੇਗਾ, ਮੈਂ ਵੀਜ਼ਾ ਦੇ ਬਾਅਦ ਵੀ ਸਟੂਡੈਂਟ ਤੋਂ ਪੈਸੇ ਨਹੀਂ ਲੈ ਰਹੇ, ਸਟੂਡੈਂਟ ਜਦੋਂ ਆਪਣਾ ਪਹੁੰਚ ਜਾਏਗਾ ਉਹਦੇ 10-15 ਦਿਨ ਬਾਅਦ ਜਦੋਂ ਉੱਥੇ ਸੈਟਲ ਹੋ ਜਾਏਗਾ ਉਹਦੇ ਬਾਅਦ ਮੈਨੂੰ ਕਾਲਜ ਕਮਿਸ਼ਨ ਪੇ ਕਰੇਗਾ, ਉਹਦੇ ਵਿੱਚ ਮੈਨੂੰ ਇੰਟਰਸਟ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਉਹਦੇ 'ਤੇ ਮੈਂ ਫਾਈਲ ਉਹਦੀ ਅੱਛੀ ਤਿਆਰ ਕਰਾਂਗੀ, ਉਹਦੇ 'ਤੇ ਮੈਨੂੰ ਇੰਟਰਸਟ ਮੇਰਾ ਵੀ ਲੱਗੇਗਾ ਔਰ ਮੈਨੂੰ ਰਹੇਗਾ ਕਿ ਹਾਂ ਇਸ ਦੀ ਫਾਈਲ ਵੀਜ਼ਾ ਆਏਗਾ ਤਾਂ ਮੈਨੂੰ ਕੁਛ ਮਿਲਣਾ, ਨਹੀਂ ਤਾਂ ਮੇਰੀ ਫ੍ਰੀ ਫੰਡ ਦੀ ਸੇਵਾ ਹੋ ਜਾਏਗੀ। ਅਤੇ ਇਸ ਕਰਕੇ ਮੇਰਾ ਇੰਟਰਸਟ ਜਿਹੜਾ ਹੈ ਮੈਂ ਮਤਲਬ ਕੋਈ ਪ੍ਰੋਸੈਸਿੰਗ ਚਾਰਜਸ ਨਹੀਂ। ਜਦੋਂ ਲਾਸਟ 'ਚ ਤੁਸੀਂ ਸ਼ੋਅ ਕੀਤਾ, ਤੁਸੀਂ ਦੱਸ ਰਹੇ ਕਾਫੀ ਬੱਚੇ ਵਿਜ਼ਿਟਸ ਕੀਤੇ ਔਰ ਦੇਖ ਕੇ ਕਈ ਵਾਰੀ ਹੁੰਦਾ ਸੀ ਬੜੇ, ਤੁਸੀਂ ਦੱਸ ਰਹੇ ਵੀ ਚੰਗੀ ਪ੍ਰੋਫਾਈਲਸ ਵੀ ਮਿਸਗਾਈਡਡ ਹੋਈਆਂ ਜੀ 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 ਕੀ ਖਾਸ ਕਾਰਨ, ਕਮੀਆਂ ਕਿੱਥੇ ਸੀ? ਸਟੂਡੈਂਟ ਨੂੰ ਇੰਟਰਵਿਊ ਦੇ ਬਾਰੇ 'ਚ ਨਹੀਂ ਦੱਸਿਆ ਗਿਆ, ਉਹਨਾਂ ਦੀ SOP ਦੇ ਬਾਰੇ 'ਚ ਉਹਨਾਂ ਨੂੰ ਕੁਛ ਨਹੀਂ ਦੱਸਿਆ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਕੋਈ ਇੱਕ ਸਟੂਡੈਂਟ ਮੇਰੇ ਕੋਲ MA ਇਨ ਇੰਗਲਿਸ਼ ਸਟੂਡੈਂਟ ਮੈਨੂੰ ਕਹਿ ਰਿਹਾ ਕਿ ਮੈਨੂੰ ਨਾ ਉਹਨਾਂ ਨੇ ਪਾਤਾ ਜੀ ਕੁਕਰੀ ਪ੍ਰੋਗਰਾਮ 'ਚ ਪਾਤਾ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਸਟੂਡੈਂਟ ਕਹਿ ਰਿਹਾ, ਮੈਂ ਕਿਹਾ ਤੈਨੂੰ ਨਹੀਂ ਪਤਾ ਸੀ? ਉਹ ਕਹਿ ਰਹੇ ਨਹੀਂ, ਏਜੰਟ ਨੇ ਕਿਹਾ SC ਇੱਕ ਪ੍ਰੋਗਰਾਮ ਹੈਗਾ ਜਿਹਦੇ 'ਚ ਉੱਥੇ ਜਾ ਕੇ ਤੈਨੂੰ ਜੋਬ ਮਿਲ ਰਿਹਾ, ਨਹੀਂ ਤਾਂ ਨਿਊਜ਼ੀਲੈਂਡ 'ਚ ਜੋਬ ਹੀ ਨਹੀਂ ਹੈਗੀ। ਫਿਰ ਮੈਂ ਤੁਹਾਨੂੰ ਇਹ ਕਿਹਾ ਕਿ ਉਹ ਸਟੂਡੈਂਟ ਕਹਿ ਰਹੀ ਹੈ ਉਹਨੇ ਅੰਮ੍ਰਿਤ ਛੱਕਿਆ ਹੋਇਆ, ਗਾਤਰਾ ਵਾਤਰਾ ਪਾਇਆ, ਉਹ ਇਹੋ ਜਿਹਾ ਬੱਚਾ ਜਿਹੜਾ ਹੈ ਉਹ ਕੁਕਰੀ ਪ੍ਰੋਗਰਾਮ 'ਚ ਜਾਏਗਾ ਕਿਸ ਤਰ੍ਹਾਂ? ਵੀਜ਼ਾ ਆਫਿਸਰ ਨੇ ਉਹਨੂੰ ਕੁਕਰੀ ਦੇ ਬਾਰੇ 'ਚ 4 ਕੁਸ਼ਚਨ ਪੁੱਛੇ, ਉਹਨੂੰ ਇੱਕ ਵੀ ਨਹੀਂ ਆਉਂਦਾ ਸੀ। ਉਹਨੂੰ ਕੋਈ ਇੱਕ ਅੱਧਾ ਮਸਾਲੇ ਦਾ ਨਾਮ ਵੀ ਪੁੱਛ ਲਓ, ਉਹਨੂੰ ਉਹ ਵੀ ਨਹੀਂ ਪਤਾ ਸੀ। ਅਤੇ ਜਿਹਦਾ ਇੰਟਰਸਟ ਹੀ ਨਹੀਂ ਹੈਗਾ, ਜਿਹਨੂੰ ਪਤਾ ਹੀ ਨਹੀਂ ਹੈਗਾ, ਉਹਨੇ ਉਹ ਕੀ ਕਰਨਾ? ਏਜੰਟ ਜਿਹੜਾ ਹੈ ਆਪਣਾ ਮੋਟਿਵ ਸੋਚਦਾ, ਉਹ ਪਹਿਲੇ ਇੱਕ ਤਾਂ ਚਾਰਜ ਫੀਸ ਚਾਰਜ ਕਰ ਲੈਂਦਾ, ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ, ਉਹ ਆਪਣੇ ਫੀਸ ਦੇ ਉੱਤੇ ਉਹਨੂੰ ਮਤਲਬ ਨਹੀਂ ਹੈ। ਸਟੂਡੈਂਟ ਦਾ ਕੀ ਹੋ ਰਿਹਾ, ਉਹ ਕੀ ਕਰਦਾ, ਇਹ ਸੋਚਦਾ ਕਿ ਚਲੋ ਠੀਕ ਹੈ ਚਾਂਸ ਲੈ ਕੇ ਦੇਖ ਲੈਂਦੇ ਹਾਂ, ਵੀਜ਼ਾ ਆ ਗਿਆ ਤਾਂ ਪਲੱਸ ਪੁਆਇੰਟ ਹੋ ਜਾਏਗਾ, ਕਮਿਸ਼ਨ ਆ ਜਾਏਗੀ, ਨਹੀਂ ਆਇਆ ਤਾਂ ਮੇਰਾ ਤਾਂ ਪੇਟ ਭਰ ਹੀ ਹੈ ਨਾ, ਕੀ ਫਰਕ ਪੈ ਰਿਹਾ? ਸੋ ਹੁਣ ਬੱਚੇ ਨੂੰ ਕੀ ਗਾਈਡ ਕਰਨਾ ਚਾਹੁੰਦੇ ਨਿਊਜ਼ੀਲੈਂਡ ਦੇ ਲਈ, ਜੇ ਨਿਊਜ਼ੀਲੈਂਡ ਜਾਣਾ ਹੈ ਕਿਸ ਤਰ੍ਹਾਂ ਅਵੇਅਰ ਰਹਿ ਕੇ ਕਿਸ ਤਰ੍ਹਾਂ ਡਿਸੀਜਨ ਲੈਣਾ ਚਾਹੀਦਾ? ਸਟੂਡੈਂਟ ਨੂੰ ਆਪਣਾ ਪਹਿਲੇ ਤੋਂ ਤਿਆਰੀ ਕਰਕੇ ਆਉਣੀ ਚਾਹੀਦੀ ਹੈ। ਜਿਸ ਮੂਮੈਂਟ ਸਟੂਡੈਂਟ ਆਲਸ ਕਰ ਰਿਹਾ ਹੈ ਉਸੇ ਮੂਮੈਂਟ ਉਹ ਇਹ ਸੋਚ ਲਏ ਕਿ ਉਹਨੇ 25-30 ਲੱਖ ਰੁਪਏ ਜਾਂ 20-25 ਲੱਖ ਰੁਪਏ ਆਪਣੇ ਅਕਾਊਂਟ 'ਚ ਕਰਾ ਕੇ ਰੱਖਣੇ ਆ, ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਉਹ ਅੱਜ ਕਿਸੇ ਤੋਂ ਪੈਸੇ ਚੁੱਕ ਕੇ ਪਾ ਰਿਹਾ ਜਾਂ ਕੋਈ ਏਜੰਟ ਉਹਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਦਿਖਾ ਦਾਂਗਾ, ਕੁਛ ਕਰ ਦਾਂਗਾ, ਪੈਸੇ ਮੇਰੇ ਤੋਂ ਦਿਖਵਾ ਲੈ ਜਾਂ 20,000 ਦੀ FD ਬਣਾ ਲੈਂਦੇ ਆ 20 ਲੱਖ ਦੀ। ਨੋ, ਡੋਂਟ ਡੂ ਦੈਟ। ਆਪਣੀ ਪੂਰੀ ਤਿਆਰੀ ਕਰੋ, ਤੁਸੀਂ ਆਇਲਸ ਵਾਸਤੇ ਵੀ ਤਾਂ ਤਿਆਰੀ ਕਰਦੇ ਹੋ, 2-2, 3-3 ਮਹੀਨੇ ਤੁਸੀਂ ਪ੍ਰੈਕਟਿਸ ਕਰਦੇ ਹੋ ਆਇਲਸ ਵਾਸਤੇ, ਵਾਈ ਨਾਟ ਕਿ ਤੁਸੀਂ ਉਦੋਂ ਹੀ ਆਪਣੇ ਫੰਡਸ ਜਿਹੜੇ ਆਪਣੇ ਅਕਾਊਂਟ 'ਚ ਪਵਾ ਦਿਓ? ਤੁਸੀਂ ਜਾਣਾ ਜਾਣਾ ਤਾਂ ਹੈ ਹੀ ਹੈ, ਤੁਹਾਨੂੰ ਪਤਾ ਹੈ ਕਿ ਐਂਡ ਆਫ ਦਾ ਡੇ ਤੁਹਾਡੇ 20-25 ਲੱਖ ਰੁਪਏ ਲੱਗਣੇ ਆ, ਅਤੇ ਉਸੇ ਟਾਈਮ 'ਤੇ ਤਿਆਰੀ ਕਰਕੇ ਚੱਲੋ। ਜਿਸ ਮੂਮੈਂਟ ਤੁਸੀਂ ਆਲਸੀ ਤਿਆਰੀ ਕਰਨੀ ਸ਼ੁਰੂ ਕਰਦੇ, ਜਿਸ ਮੂਮੈਂਟ ਤੁਹਾਡਾ ਇੱਕ ਰਿਜ਼ਲਟ ਆ ਗਿਆ, ਅਗਰ ਅੱਜ 12th ਦਾ ਰਿਜ਼ਲਟ ਆਉਂਦਾ ਕਿਸੇ ਦਾ ਔਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਬਾਹਰ ਜਾਣਾ, ਤਾਂ ਉਹਨਾਂ ਨੂੰ ਸਪਟੈਂਬਰ ਜਾਂ ਨਵੰਬਰ ਜਾਂ ਜਨਵਰੀ ਇਨਟੇਕ ਮਿਲੇਗਾ, ਆਲਮੋਸਟ ਇਹ ਤੁਹਾਡੇ 6 ਮਹੀਨੇ ਹੋ ਜਾਣਗੇ। ਠੀਕ ਹੈ, ਹੁਣੇ ਤੋਂ ਤਿਆਰੀ ਸ਼ੁਰੂ ਕਰੋ ਆਪਣੀ, ਆਪਣੇ ਫੰਡਸ ਆਪਣੇ ਤਿਆਰ ਕਰਕੇ ਰੱਖੋ, ਆਪਣੇ ਨਾਲ ਆਇਲਸ ਤਿਆਰ ਕਰਕੇ ਰੱਖੋ, ਵੈਲ ਪ੍ਰਪੇਅਰ ਤਿਆਰੀ ਰੱਖੋ। ਇਹ ਨਹੀਂ ਕਿ ਏਜੰਟ ਕੋਲ ਜਾ ਕੇ ਤੁਸੀਂ ਹੁਣੇ ਕਰਾ ਦਿਓ ਜੀ, ਮੈਨੂੰ ਕੱਲ੍ਹ ਭੇਜ ਦਿਓ, ਮੈਨੂੰ ਪਰਸੋਂ ਭੇਜ ਦਿਓ, ਇਹ ਨਾ ਕਰੋ, ਜਲਦਬਾਜ਼ੀ 'ਚ ਨਾ ਕਰੋ ਕੰਮ। ਕੁਝ ਬੱਚੇ ਸਵਾਲ ਕਰ ਰਹੇ ਨੇ ਵੀ ਕੀ ਨਿਊਜ਼ੀਲੈਂਡ ਸਕਾਲਰਸ਼ਿਪਸ ਨਹੀਂ ਦਿੰਦਾ ਜਾਂ ਸਕਾਲਰਸ਼ਿਪ ਨਹੀਂ ਮਿਲਦੀਆਂ, ਉਹਨਾਂ ਬਾਰੇ ਕੀ ਕਹਿਣਾ? ਨਿਊਜ਼ੀਲੈਂਡ ਸਕਾਲਰਸ਼ਿਪ ਮਿਲਦੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਸਕਾਲਰਸ਼ਿਪ ਨਹੀਂ ਮਿਲਦੀ, ਸਕਾਲਰਸ਼ਿਪ ਹੈ, ਲੇਕਿਨ ਆਈ ਸੇ ਕਿ ਫਿਊ ਸਿਲੈਕਟਿਡ ਏਜੰਟ ਕੋਲ ਹੈ ਵਾਲਾ ਚੀਜ਼। ਔਰ ਦੂਸਰਾ ਹੈ ਕਿ ਉਹਨਾਂ ਨੂੰ ਜਿਸ ਤਰ੍ਹਾਂ ਨਿਊਜ਼ੀਲੈਂਡ ਹਾਈ ਕਮਿਸ਼ਨ ਇੱਕ ਅੱਛਾ ਪ੍ਰੋਫਾਈਲ ਚਾਹੁੰਦਾ ਹੈ, ਉਸ ਤਰ੍ਹਾਂ ਹੀ ਕਾਲਜ ਵੀ ਇੱਕ ਅੱਛਾ ਪ੍ਰੋਫਾਈਲ ਚਾਹੁੰਦਾ, ਤੁਹਾਡਾ ਆਲਸ ਅੱਛਾ ਰਿਜ਼ਲਟ ਹੋਣਾ ਚਾਹੀਦਾ, ਤੁਹਾਡੇ ਅਕੈਡਮਿਕ ਦੇ ਸੇ ਮੋਰ ਦੈਨ 60% ਮਾਰਕਸ ਹੋਣੇ ਚਾਹੀਦੇ ਆ, ਓਨਲੀ ਦੈਨ ਆਈ ਆਸਕ ਯੂ ਫੋਰ ਦਾ ਸਕਾਲਰਸ਼ਿਪ। ਹਾਂਜੀ, ਇਸ ਤਰ੍ਹਾਂ ਨਹੀਂ ਕਿ ਹਰ ਸਟੂਡੈਂਟ ਨੂੰ ਮਿਲ ਜਾਏਗਾ ਕਿ ਠੀਕ ਹੈ 1,000-2,000, ਲੇਕਿਨ ਸਕਾਲਰਸ਼ਿਪ ਅੱਛੀ ਹੈ, 1,000-2,000, 4,000-5,000 ਤੱਕ ਵੀ ਸਕਾਲਰਸ਼ਿਪ ਹੈ। ਉਹ ਤੁਹਾਨੂੰ ਡਿਪੈਂਡ ਕਰਦਾ ਹੈ ਕਿ ਤੁਹਾਡਾ ਲੈਵਲ ਕੀ ਹੈ, ਤੁਸੀਂ ਕਿੰਨੀ ਗ੍ਰੈਪ ਕਰ ਸਕਦੇ ਹੋ। ਬਹੁਤ ਅੱਛੀ ਕੁਆਲੀਫਿਕੇਸ਼ਨ, 90% ਮਾਰਕਸ ਦਿਓ ਮੈਨੂੰ, ਲੈਵਲ IELTS 7 band ਦਿਓ, ਮੈਂ ਤੁਹਾਨੂੰ ਸਕਾਲਰਸ਼ਿਪ ਲੈ ਕੇ ਦਿੰਦੀ ਹਾਂ ਜੀ। ਇੰਟਰਵਿਊ ਪ੍ਰੈਪਰੇਸ਼ਨ ਨੂੰ ਲੈ ਕੇ ਕਿੰਨੀ ਕੁ ਜ਼ਰੂਰਤ, ਕਿੰਨੀ ਕੁ ਮਿਹਨਤ ਕਰਦੀ ਪੈਂਦੀ ਹੈ ਇੱਕ ਬੱਚੇ ਦੀ? ਦੇਖੋ, ਅਗਰ ਸਟੂਡੈਂਟ ਨੇ ਆਪਣੀ ਫਾਈਲ ਪੂਰੀ ਖੁਦ ਤਿਆਰ ਕੀਤੀ, ਉਹਨੂੰ ਆਪਣੇ ਬਾਰੇ 'ਚ ਸਭ ਕੁਝ ਪਤਾ, ਉਹਨੇ ਕੋਰਸ ਖੁਦ ਸਿਲੈਕਟ ਕੀਤਾ ਆਪਣੇ ਇੰਟਰਸਟ ਨਾਲ ਕੀਤਾ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਪਹਿਲੇ ਸਟਾਰਟਿੰਗ 'ਤੇ ਕਿ ਅਸੀਂ ਕਰੀਅਰ ਤੋਂ ਲੈ ਕੇ ਸਟਾਰਟ ਕਰਦੇ ਹਾਂ, ਅਗਰ ਉਹਨੇ ਪ੍ਰੋਪਰ ਗਾਈਡੈਂਸ ਲਈ ਆ, ਉਹਨੂੰ ਪਤਾ ਹੈ ਕਿ ਮੈਂ ਇਹ ਵਾਲਾ ਕੋਰਸ ਅਗਰ ਕਰ ਰਿਹਾ ਤਾਂ ਇਸ ਕੋਰਸ ਦੇ ਬਾਅਦ ਮੈਨੂੰ ਕਿਹੜਾ ਕਿਹੜਾ ਅੱਗੇ ਜਾ ਕੇ ਪਾਥਵੇ ਮਿਲਣਾ, ਮੈਨੂੰ
ਸਰਵਿਸ ਚਾਰਜ ਨਾ ਨਿਊਜ਼ੀਲੈਂਡ ਦਾ ਨਾ ਕੈਨੇਡਾ ਦਾ, ਨਾ ਵੀਜ਼ੇ ਤੋਂ ਪਹਿਲਾਂ ਨਾ ਵੀਜ਼ੇ ਤੋਂ ਬਾਅਦ ਕੋਈ ਵੀ ਨਹੀਂ ਲਿਆ ਜਾਂਦਾ। ਬੜੀ ਸਪਸ਼ਟ ਰੂਪ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ। ਅੱਜ ਵੀ ਇਹੀ ਜਿਹੜੀ ਸੰਦੀਪ ਮੈਮ ਦੀ ਕੋਸ਼ਿਸ਼ ਚੱਲ ਰਹੀ ਹੈ। ਮੈਂ ਇੱਕ ਚੀਜ਼ ਹੋਰ ਦੱਸ ਦੇਵਾਂ, ਬਾਕੀ ਜਗ੍ਹਾ 'ਤੇ ਤੁਸੀਂ ਜਾਂਦੇ ਹੋ, ਕਈ ਵਾਰੀ ਹੁੰਦਾ ਵੀ ਖੁਦ MD ਨਹੀਂ ਮਿਲਦੇ, ਮਾਲਕ ਨਹੀਂ ਮਿਲਦੇ, ਕਾਉਂਸਲਰਸ ਨੂੰ ਮਿਲ ਕੇ ਹੀ ਤੁਹਾਨੂੰ ਜਿਹੜਾ ਥੋੜ੍ਹਾ ਸਹਿਮਤ ਹੋਣਾ ਪੈਂਦਾ, ਬਿਕੋਜ਼ ਉਹ ਚੀਜ਼ਾਂ ਨਹੀਂ ਪੋਸੀਬਲ ਹੋ ਪਾਉਂਦੀਆਂ। ਬਟ ਜਲੰਧਰ ਆਫਿਸ ਦੇ ਵਿੱਚ ਇਹਨਾਂ ਦਾ ਪਿਛਲੇ ਸ਼ੋਅ ਦੇ ਵਿੱਚ ਇਹੀ ਕਹਿਣਾ ਸੀ ਵੀ ਇਹ ਖੁਦ ਮਿਲਣਗੇ। ਉਸ ਚੀਜ਼ ਬਾਰੇ ਜਿਹੜੀ ਸਟੂਡੈਂਟ ਨੂੰ ਕਮੀ ਲੱਗਦੀ ਹੈ, ਉਹ ਚੀਜ਼ ਨਾ ਹੋ ਸਕੇ, ਪ੍ਰੋਪਰਲੀ ਨੌਲੇਜ ਪਹੁੰਚ ਸਕੇ, ਸੰਦੀਪ ਮੈਮ ਨੂੰ ਖੁਦ ਮਿਲਣ ਲਈ ਅਪੁਆਇੰਟਮੈਂਟ ਲਈ ਵੀ ਇਹਨਾਂ ਦੇ ਨੰਬਰਾਂ 'ਤੇ ਜਿਹੜਾ ਉਹ ਕਾਲ ਕੀਤਾ ਜਾ ਸਕਦਾ। ਇਹ ਜਿਹੜਾ ਖੁਦ ਮਿਲਣ ਦਾ ਡਿਸੀਜ਼ਨ ਹੈ ਵੀ ਕਾਉਂਸਲਰਸ ਨਹੀਂ, ਮੈਂ ਆਪ ਡਿਸੀਜ਼ਨ ਲਾਂਗੀ, ਆਪ ਬੱਚੇ ਨਾਲ ਕਾਉਂਸਲਿੰਗ ਕਰਾਂਗੇ, ਉਹਦਾ ਖਾਸ ਰੀਜ਼ਨ ਕੀ ਦੇ, ਕੀ ਐਡਵਾਂਟੇਜ ਹੈਗੇ ਬੱਚੇ ਦਾ? ਉਹਦਾ ਰੀਜ਼ਨ ਇਹ ਹੈਗਾ ਕਿ ਸਮਟਾਈਮ ਜਿਹੜਾ ਨਾ ਸਟੂਡੈਂਟ ਅਗਰ ਕਾਲ ਕਰਦਾ ਹੈ, ਸਟੂਡੈਂਟ ਨੇ ਕਾਉਂਸਲਰਸ ਨੂੰ ਕਾਲ ਕੀਤਾ, ਕਾਉਂਸਲਰ ਨੇ ਅੱਗੋਂ ਦੀ ਇਹ ਕਹਿਤਾ ਕਿ ਹਾਂ ਠੀਕ ਹੈ ਮੈਂ ਤੁਹਾਡੀ ਗੱਲ ਕਰਾ ਦਾਂਗੀ, ਇਹ ਵੋ, ਕਾਉਂਸਲਰ ਭੁੱਲ ਗਿਆ ਜਾਂ ਕਿਸੇ ਨੂੰ ਯਾਦ ਨਹੀਂ ਰਿਹਾ, ਉਹਦੀ ਫਸਟ ਗੋ 'ਤੇ ਹੀ ਗੱਲ ਨਹੀਂ ਹੋਈ। ਔਰ ਸਟੂਡੈਂਟ ਵੀ ਨਾ, ਕਈ ਵਾਰੀ ਹੁੰਦਾ ਕਿ ਉਹ ਇੰਟਰਸਟ ਬਣਾ ਰਿਹਾ ਕਿ ਮੇਰੀ ਅਗਰ ਅੱਜ ਗੱਲ ਹੁੰਦੀ ਹੈ ਜਾਂ ਉਹ ਇੱਕ ਮੂਮੈਂਟ ਹੁੰਦਾ ਹੈ ਕਿ ਅੱਜ ਮੇਰੀ ਅਗਰ ਹੁਣੇ ਗੱਲ ਹੁੰਦੀ ਹੈ ਤਾਂ ਫਿਰ ਮੈਂ ਆਪਣਾ ਲਾਈਫ ਅੱਗੇ ਇਸ ਤਰ੍ਹਾਂ ਪਲਾਨ ਕਰਦਾ। ਡਾਇਰੈਕਟ ਗੱਲ ਕਰਨ ਦਾ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਤੁਸੀਂ ਮੇਰੇ ਨਾਲ ਹੁਣੇ ਗੱਲ ਕਰੋ, ਮੈਂ ਤੁਹਾਨੂੰ ਹੁਣੇ ਹੀ ਸਾਰੀ ਚੀਜ਼ਾਂ ਦਾ ਜਵਾਬ ਦੇ ਦਾਂਗੀ। ਇਹਨੇ ਕਿ ਅੱਧੇ ਘੰਟੇ ਬਾਅਦ ਕਾਲ ਆਏਗਾ, ਕੱਲ੍ਹ ਆਏਗਾ, ਪਰਸੋਂ ਆਏਗਾ, ਨੋ। ਜਿਸ ਮੂਮੈਂਟ ਤੁਸੀਂ ਮੈਨੂੰ ਕਾਲ ਕਰੋਗੇ, ਫੋਨ ਮੈਚ ਜਿਹੜਾ ਡਿਸੀਜਨ ਮੇਕਰ ਹੈ, ਕੈਰੀਅਰ ਕਾਉਂਸਲਰ ਖੁਦ ਹੈ, ਉਹਨੂੰ ਡਾਇਰੈਕਟ ਮਿਲਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ, ਡਾਇਰੈਕਟ ਅਗਰ ਮਿਲੇਗਾ ਤਾਂ ਉਹ ਡਿਸੀਜਨ ਦੇ ਸਕੇਗਾ ਨਾ। ਉਹ ਕਾਫੀ ਵੱਡੀ ਵੱਡੀ ਕੰਪਨੀਆਂ ਨੇ, ਉਹ ਆਪ ਨਹੀਂ ਮਿਲਦੇ, ਕਾਉਂਸਲਰ ਸਾਰੀਆਂ ਚੀਜ਼ਾਂ ਡੀਲ ਕਰਦੀਆਂ ਨੇ, ਉਹਦਾ ਨੁਕਸਾਨ ਕੀ ਹੈ? ਉਹਦਾ ਨੁਕਸਾਨ ਇਹ ਹੈ ਕਿ ਕਾਉਂਸਲਰ ਸਮਟਾਈਮ, ਪਹਿਲੀ ਗੱਲ ਤੇ ਕਾਉਂਸਲਰ ਕਦੇ ਵੀ ਤੁਹਾਡੇ ਜਿੰਨਾ ਐਕਸਪੀਰੀਅੰਸ ਨਹੀਂ ਹੋਏਗਾ। ਅਗਰ ਉਹ ਐਕਸਪੀਰੀਅੰਸ ਹੋਏਗਾ ਤਾਂ ਉਹ ਕਾਉਂਸਲਰ ਹੀ ਨਹੀਂ ਹੋਏਗਾ, ਠੀਕ ਹੈ, ਉਹ ਆਪਣੀ ਕੰਪਨੀ ਖੋਲ ਕੇ ਬੈਠਾ ਹੋਏਗਾ। ਦੂਸਰਾ ਗੱਲ ਇਹ ਹੈਗਾ ਕਿ ਉਹਦੇ ਕੋਲ ਉਸ ਚੀਜ਼ ਤੱਕ ਅਗਰ ਐਕਸਪੀਰੀਅੰਸ ਨਹੀਂ ਹੈ ਤਾਂ ਡੈਫੀਨੇਟਲੀ ਉਹ ਉਹਨਾਂ ਨੌਲੇਜੇਬਲ ਨਹੀਂ ਹੈ। ਉਹ ਤੁਹਾਡੇ ਤੋਂ ਪੁੱਛੇਗਾ, ਉਹ ਕਹੇਗਾ, ਉਹਨੂੰ ਸਟੂਡੈਂਟ ਨੇ ਕੋਈ ਕੁਐਸਚਨ ਪੁੱਛਿਆ, ਉਹ ਕਹੇਗਾ ਅੱਛਾ ਮੈਂ ਤੁਹਾਨੂੰ ਦੇਣਾ ਜਵਾਬ ਦੇਣਾ, ਉਹ ਫਿਰ ਤੁਹਾਡੇ ਉਹ ਆਪਣੇ ਓਨਰ ਨੂੰ ਜਾਂ ਆਪਣੇ ਡਾਇਰੈਕਟਰ ਨੂੰ ਪੁੱਛੇਗਾ, ਫੋਨ ਕਰੇਗਾ, ਫਿਰ ਉਹਦੇ ਬਾਅਦ ਵਾਪਸ ਕਾਲ ਬੈਕ ਕਰਕੇ ਜਵਾਬ ਦੇਗਾ। ਤਦ ਤੱਕ ਸਟੂਡੈਂਟ ਦੇ 2 ਦਿਨ 3 ਦਿਨ ਬੀਤ ਜਾਣਗੇ, ਤਦ ਤੱਕ ਸਟੂਡੈਂਟ ਵੀ ਉਹ ਉਹ ਉਸ ਲੈਵਲ ਤੱਕ ਖਤਮ ਹੋ ਜਾਏਗਾ, ਉਹਦਾ ਜਿਹੜਾ ਜੋਸ਼ ਹੈ ਨਾ ਉਹ ਖਤਮ ਹੋ ਜਾਏਗਾ ਕਿ ਹਾਂ ਮੈਂ। ਸੋ ਡਾਇਰੈਕਟ ਤੁਸੀਂ ਮਿਲਣਾ ਚਾਹੁੰਦੇ ਹੋ ਸੰਦੀਪ ਜੀ ਨਾਲ, ਤਾਂ ਇਹਨਾਂ ਦੇ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ। ਆਫਿਸ ਮਾਡਲ ਟਾਊਨ ਜਲੰਧਰ ਦੇ ਵਿੱਚ ਹੈ। ਥੋੜ੍ਹਾ ਜਿਹਾ ਜਿਹੜਾ ਮੈਂ ਜ਼ਰੂਰ ਚਾਹੂੰਗਾ, ਜਦੋਂ ਵੀ ਜਾਓ ਆਪਣੇ ਅਕੈਡਮਿਕਸ ਨਾਲ ਲੈ ਕੇ ਜਾਇਓ, ਤਾਂ ਕਿ ਸਹੀ ਅਸੈਸਮੈਂਟ ਕੀਤੀ ਜਾ ਸਕੇ। ਵਿਦਾਊਟ ਅਕੈਡਮਿਕਸ ਪਰਸੈਂਟੇਜ ਹਰ ਚੀਜ਼ ਮੈਟਰ ਕਰਦੀ ਹੈ, ਦੇਖਣੀ ਅਸੈਸਮੈਂਟ ਪ੍ਰੋਪਰਲੀ ਨਹੀਂ ਪਹੁੰਚ ਪਾਉਂਦੀ। ਸੋ ਹੁਣ ਮੈਂ ਗੱਲ ਕਰਨਾ ਚਾਹੁੰਦਾ ਕੈਨੇਡਾ ਬਾਰੇ। ਕੈਨੇਡਾ ਵੀ ਬਹੁਤ ਵੱਡੇ ਪੱਧਰ 'ਤੇ ਪ੍ਰਮੋਟ ਹੋ ਰਿਹਾ, ਬੜਾ ਇੰਟਰਸਟ ਹੈ ਬੱਚਿਆਂ ਦਾ, ਖਾਸ ਕਰ ਗੱਲ ਕਰਾਂ ਜਦ 5.5 ਬੈਂਡ 'ਤੇ ਕੁਝ ਵੀਜ਼ਾਸ ਆਏ ਨੇ, ਬੱਚਾ ਪਹਿਲਾਂ ਪ੍ਰੈਫਰ ਨਿਊਜ਼ੀਲੈਂਡ ਨਾਲੋਂ ਵੀ ਕਰਦਾ ਵੀ ਇੱਕ ਵਾਰੀ ਕੈਨੇਡਾ ਦਾ ਹੀ ਲਈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਮੈਂ ਤਾਂ 5.5 ਤੇ ਫਾਈਲ ਨਹੀਂ ਲਗਾਈ ਹੈ, ਲੇਕਿਨ ਹਾਂ ਇਹ ਕਿ 5.5 ਤੇ ਵੀਜ਼ਾ ਆ ਰਹੇ ਨੇ ਔਰ ਲੀਗਲੀ ਆ ਰਹੇ ਨੇ, ਮੈਂ ਨਹੀਂ ਕਹਾਂਗੀ ਕਿ ਉਹ ਗਲਤ ਤਰੀਕੇ ਨਾਲ ਜਾਂ ਕੁਛ ਉਹਦੇ 'ਤੇ ਆ ਰਹੇ ਨੇ, ਠੀਕ ਹੈ, ਲੇਕਿਨ ਕੋਸ਼ਿਸ਼ ਇਹੀ ਕਰੋ ਕਿ ਆਪਣਾ ਆਇਲਸ ਇੰਪਰੂਵ ਕਰਕੇ ਅੱਛੇ ਤਰੀਕੇ ਹੀ ਫਾਈਲ ਲਗਾਓ ਤਾਂ ਜ਼ਿਆਦਾ ਅੱਛਾ ਹੈ। ਕੈਨੇਡਾ ਪਲੱਸ ਪੁਆਇੰਟ ਹੈਗਾ ਕਿ ਤੁਹਾਨੂੰ ਬਿਲਕੁਲ ਫੰਡਸ ਨਹੀਂ ਸ਼ੋਅ ਕਰਨੇ, ਉਹਦੇ 'ਤੇ ਤੁਸੀਂ ਇੱਕ ਆਪਣਾ ਸੋਰਸ ਆਫ ਇਨਕਮ ਦਿਖਾ ਰਹੇ ਹੋ ਔਰ ਉਹਦੇ 'ਤੇ ਤੁਸੀਂ ਆਪਣੇ JIC ਭੇਜੋ, ਆਪਣਾ ਫੀਸ ਭੇਜੋ ਔਰ ਵੀਜ਼ਾ ਫਾਈਲ ਕਰੋ ਬਸ। ਕੈਨੇਡਾ ਖਾਸ ਅਟਰੈਕਸ਼ਨ ਇੰਨੀ ਜਿਹੜੀ ਬੱਚਿਆਂ 'ਚ ਜਾਂ ਖਾਸ ਖਿੱਚ ਦਾ ਕੇਂਦਰ ਕੀ ਕੀ ਖਾਸ ਚੀਜ਼ ਦੇ ਦਿਓ? ਸਟੱਡੀ, ਫੰਡਸ ਨਹੀਂ ਦਿਖਾਉਣੇ ਜਾਂ ਕੀ? ਦੇਖੋ ਕੈਨੇਡਾ ਪਲੱਸ ਪੁਆਇੰਟ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਫੰਡਸ ਆ ਰੀਜ਼ਨ ਹੈ, ਕਿਉਂਕਿ ਬਾਕੀ ਕੰਟਰੀ 'ਚ ਅਗਰ ਅਸੀਂ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਕੋਈ ਹੋਰ ਵੀ ਕੰਟਰੀ ਦੀ ਗੱਲ ਕਰੀਏ ਤਾਂ ਫੰਡਸ ਬਹੁਤ ਬਹੁਤ ਇੱਕ ਵੱਡਾ ਅਮਾਊਂਟ ਦਿਖਾਉਂਦਾ, ਮੇਜਰ ਇਸ਼ੂ ਆ ਜਾਂਦਾ। ਜੀ ਜੀ ਜੀ, ਔਰ ਉਹ ਇੱਕ ਮੇਜਰ ਇਸ਼ੂ ਹੈ ਇੱਥੇ, ਉਹਨਾਂ ਨੇ ਕੁਛ ਨਹੀਂ ਪੁੱਛਿਆ ਤੁਹਾਡੇ ਕੋਲ ਫੰਡਸ ਕਿੱਥੋਂ ਦੀ ਆ ਰਹੇ ਨੇ, ਕੀ ਕਰ ਰਹੇ ਹੋ, ਲੋਨ ਚੁੱਕ ਰਹੇ ਹੋ, ਪੜੋਸੀ ਤੋਂ ਚੁੱਕ ਰਹੇ ਹੋ, ਕਿੱਥੋਂ ਚੁੱਕ ਰਹੇ ਹੋ, ਤੁਸੀਂ ਆਪਣੇ JIC ਕਰਾਓ, ਤੁਸੀਂ ਆਪਣੀ ਫੀਸ ਕਰਾਓ, ਠੀਕ ਹੈ, ਵੀਜ਼ਾ ਲਗਾਓ, ਸਾਨੂੰ ਕੋਈ ਮਤਲਬ ਨਹੀਂ ਫੰਡਸ ਕਿੱਥੋਂ ਆਏ। ਹੁਣ ਜਿਹੜੇ ਫਰੈਸ਼ਰਸ ਨੇ, ਕਿਵੇਂ ਕੈਨੇਡਾ ਬਾਰੇ, ਜਿਵੇਂ ਤੁਸੀਂ ਨਿਊਜ਼ੀਲੈਂਡ ਬਾਰੇ ਬੜਾ ਵਧੀਆ ਗਾਈਡ ਕੀਤਾ ਵੀ ਆਹ ਚੀਜ਼ਾਂ ਧਿਆਨ ਦੇ ਵਿੱਚ ਰੱਖਣ, ਕੈਨੇਡਾ ਨੂੰ ਲੈ ਕੇ ਖਾਸ ਕੀ ਕਹਿਣਾ? ਕੈਨੇਡਾ ਨੂੰ ਲੈ ਕੇ ਖਾਸ ਇਹ ਕਹਿਣਾ ਹੈ ਕਿ ਜਿਹੜੇ ਏਜੰਟ ਕੋਲ ਸਾਰੇ ਕਾਲਜਿਸ ਹੈਗੇ ਨੇ ਜਾਂ ਇੱਕ ਅੱਛਾ ਨੰਬਰ ਆਫ ਕਾਲਜਿਸ ਹੈਗਾ, ਉਹੀ ਏਜੰਟ ਕੋਲ ਜਾਓ, ਬਿਕੋਜ਼ ਕੈਨੇਡਾ ਦੇ ਵਿੱਚ ਪਲੱਸ ਜੋ ਨੈਗੇਟਿਵ ਪੁਆਇੰਟ ਆਇਆ ਹੈਗਾ ਕਿ ਇਹ ਵੀਜ਼ਾ ਆਫਿਸਰ ਨੂੰ ਤੁਹਾਡਾ ਕੋਰਸ ਦੀ ਰੈਲੇਵੈਂਸੀ ਬਹੁਤ ਜ਼ਿਆਦਾ ਹੱਦ ਤੱਕ ਦੇਖਣੀ ਹੈ। ਤੁਸੀਂ ਜੇ ਅਗਰ ਇਹ ਸੋਚੋ ਕਿ ਤੁਹਾਡਾ ਤੁਸੀਂ ਬਿਜ਼ਨਸ ਕੋਰਸ ਸੋਚ ਰਹੇ ਹੋ ਔਰ 12th 'ਚ ਤੁਹਾਡੇ ਬਿਜ਼ਨਸ ਸਟੱਡੀ 'ਚ ਮਾਰਕਸ ਆਇਆ 40% ਜਾਂ 45%, ਦੈਨ ਡੋਂਟ ਆਫਟ ਫੋਰ ਦੈਟ ਕੋਰਸ, ਬਿਕੋਜ਼ ਉਹਨੇ ਇਹ ਕਹਿਣਾ ਹੈ ਕਿ ਅਗਰ ਤੁਹਾਡੇ ਇਸ ਕੋਰਸ 'ਚ ਪਹਿਲੇ ਮਾਰਕਸ ਅੱਛੇ ਨਹੀਂ ਆਇਆ, ਇਹਦਾ ਮਤਲਬ ਤੁਹਾਡਾ ਉਹਦੇ 'ਚ ਇੰਟਰਸਟ ਨਹੀਂ ਸੀ, ਤਾਂ ਕਰਕੇ ਤੁਹਾਡੇ ਮਾਰਕਸ ਅੱਛੇ ਨੇ। ਜਿਸ ਕੋਰਸ 'ਚ ਤੁਹਾਡਾ ਆਪਣਾ ਇੰਟਰਸਟ ਹੁੰਦਾ ਉਹਦੇ 'ਚ ਹਮੇਸ਼ਾ ਤੁਹਾਡੇ ਮਾਰਕਸ ਅੱਛੇ ਆਉਣਗੇ, ਠੀਕ ਹੈ। ਅਤੇ ਰੈਲੇਵੈਂਸੀ, ਕੈਨੇਡਾ ਦੇ ਵੀਜ਼ਾ ਆਫਿਸਰ ਨੂੰ ਕੋਈ ਫੰਡਸ ਨਾਲ ਕਿਸੇ ਚੀਜ਼ ਦਾ ਮਤਲਬ ਨਹੀਂ ਹੈ, ਉਹਨੂੰ ਮਤਲਬ ਸਿਰਫ
ਕਿਉਂਕਿ ਕਈ ਵਾਰੀ ਉਹਨੂੰ ਐ ਲੱਗਦਾ ਕਿ ਮੈਂ ਕੰਸਲਟੈਂਟ ਕਹਿਣ ਤੇ ਚਲਾਂ, ਲੇਕਿਨ ਪ੍ਰੋਬਲਮ ਇਹ ਆਉਂਦੀ ਹੈ ਕੰਸਲਟੈਂਟ ਕੋਲ ਹੈ ਹੀ 3 ਜਾਂ 4 ਕਾਲਜ ਹੈ। ਉਹ ਸੋਚਦਾ ਹੈ ਕਿ ਜੋ ਵੀ ਸਟੂਡੈਂਟ ਆ ਗਿਆ ਮੈਂ ਏਸੀ ਦੇ ਅੰਦਰ ਐਡਜਸਟ ਕਰਾਂ, ਮੈਂ ਕਿਸੇ ਹੋਰ ਤੋਂ ਭੇਜਿਆ ਤੇ ਪਤਾ ਲੱਗੇ ਮੇਰਾ ਸਟੂਡੈਂਟ ਉਹਦੇ ਕੋਲ ਨਾ ਚਲਾ ਜਾਏ, ਤਾਂ ਉਹ ਉਸੇ ਕੋਰਸ ਦੇ ਅੰਦਰ, ਤੇ ਪਤਾ ਲੱਗਦਾ ਹੈ ਕਿ ਸਟੂਡੈਂਟ ਦਾ ਜਿਹੜਾ ਕੋਰਸ ਹੈ ਉਹਦੇ ਅੰਦਰ ਰੈਲੇਵੈਂਸੀ ਨਹੀਂ ਬਣ ਰਹੀ, ਆਪਸ਼ਨ ਕੱਟ ਜਾਂਦੀ ਹੈ ਬੱਚੇ, ਆਪਸ਼ਨ ਕੱਟੇਗੀ ਡੈਫੀਨਿਟਲੀ, ਰੈਲੇਵੈਂਸੀ ਨਹੀਂ ਬਣੇਗੀ ਤੇ ਸਟੂਡੈਂਟ ਗਿਆ ਖਤਮ। ਵੀਜ਼ਾ ਕੈਨੇਡਾ ਮੈਂ ਤੁਹਾਨੂੰ ਇਹੀ ਕਿਹਾ, ਉਨੀ ਤੁਹਾਡੇ ਫੰਡਸ ਨਹੀਂ ਚੇਕ ਕਰ ਰਹੇ ਕਿੱਥੋਂ ਦੇ ਫੰਡ ਆ ਰਹੇ ਹੈ, ਤੁਸੀਂ ਕਿਹੜੀ ਜਗ੍ਹਾ ਤੋਂ ਫੰਡਸ ਲੈ ਰਹੇ ਹੋ, ਕਿਸੇ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਲੈ ਰਹੇ ਹੋ, ਕਿਸੇ ਤੋਂ ਬੋਰੋ ਕਰ ਰਹੇ ਹੋ, ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ, ਦੇ ਡੋਂਟ ਮਾਈਂਡ ਦਿਸ ਥਿੰਗ। ਉਹਨਾਂ ਨੂੰ ਸਿਰਫ ਇੱਕ ਹੀ ਚੀਜ਼ ਨਾਲ ਮਤਲਬ ਹੈ ਕਿ ਤੁਸੀਂ ਜੋ ਪ੍ਰੀਵੀਅਸ ਕੁਆਲੀਫਿਕੇਸ਼ਨ ਕੀਤੀ ਹੈ ਔਰ ਫਰਦਰ ਤੁਸੀਂ ਕੀ ਕਰਨ ਜਾ ਰਹੇ ਹੋ, ਬਸ ਪ੍ਰੀਵੀਅਸ ਦੇ ਮਾਰਕਸ ਕਿੰਨੇ ਆਏ ਔਰ ਫਰਦਰ ਦੀ ਰੈਲੇਵੈਂਸੀ ਕੀ ਹੈ। ਜਿਹੜੇ ਇੰਡੀਵਿਜੁਅਲੀ ਮਾਰਕਸ ਪਰਸੈਂਟੇਜ ਉਹ ਕਾਊਂਟ ਕਰਦੇ ਜਦੋਂ ਤੁਸੀਂ ਅਸੈਸ ਕਰਦੇ ਹੋ ਜਾਂ ਓਵਰਆਲ ਦੇਖਦੇ ਹੋ ਪਰਸੈਂਟੇਜ? ਉਹਨਾਂ ਨੂੰ ਹਰ ਪਰਸਨ ਇੰਡੀਵਿਜੁਅਲ ਵੀ ਮਾਰਕਸ ਕਾਊਂਟ ਕਰਨੇ ਨੇ, ਈਵਨ ਐਨੀ ਕਿ 12th ਦੇ ਸਿਰਫ 10th 12th ਸਾਰੇ, ਅਗਰ ਤੁਸੀਂ ਗ੍ਰੈਜੂਏਸ਼ਨ ਦੇ ਬਾਅਦ ਜਾ ਰਹੇ ਹੋ, ਮਾਸਟਰਸ ਵਾਸਤੇ ਜਾ ਰਹੇ ਹੋ ਜਾਂ ਪੋਸਟ ਗ੍ਰੈਜੂਏਟ ਵਾਸਤੇ, ਤੇ ਦੈਨ ਤੁਹਾਡੇ ਗ੍ਰੈਜੂਏਸ਼ਨ ਦੇ ਵੀ ਸਾਰੇ, ਉਹ ਸਾਰੇ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਈਚ ਐਂਡ ਐਵਰੀ ਮਾਰਕਸ। ਸੋ ਕੈਨੇਡਾ ਨੂੰ ਲੈ ਕੇ ਜਿੰਨਾ ਅਸੀਂ ਗੱਲ ਕਰੀਏ ਬੱਚੇ ਦੇ ਵਿੱਚ ਕਰੇਜ਼ ਹੈ, ਉਨਾ ਹੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਪਹੁੰਚ ਪਾ ਰਹੀ। ਬਿਲਕੁਲ ਗੱਲ ਠੀਕ ਹੈ ਸੰਦੀਪ ਜੀ ਦੀ, ਕਈ ਵਾਰੀ ਹੁੰਦਾ ਇੱਕ ਏਜੰਟ ਕੋਲ 3 ਜਾਂ 4 ਕਾਲਜ ਦੇ 5 ਕਾਲਜ ਦੇ ਟਾਈ ਅਪਸ ਹੁੰਦੇ ਨੇ, ਉਹ ਤੁਹਾਨੂੰ ਉਸ ਤੋਂ ਵੱਧ ਇਨਫੋਰਮੇਸ਼ਨ ਦਿੰਦਾ ਹੀ ਨਹੀਂ, ਕਿਉਂਕਿ ਉਹ ਉੱਥੇ ਹੀ ਤੁਹਾਨੂੰ ਘੁਮਾਉਣਾ ਚਾਹੁੰਦਾ ਜਿੱਥੇ ਉਹਦੇ ਖੁਦ ਦੇ ਟਾਈ ਅਪਸ ਨੇ। ਯੂਨੀਵਰਸਿਟੀਜ਼ ਨੂੰ ਲੈ ਕੇ ਜਿਹੜੀਆਂ ਆਪਸ਼ਨਸ ਨੇ ਕੈਨੇਡਾ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਦੇਖਦੇ? ਯੂਨੀਵਰਸਿਟੀ ਮਤਲਬ ਯੂਨੀਵਰਸਿਟੀ ਦੇ ਵਿੱਚ ਆਪਸ਼ਨ ਜਿਹੜੀ ਬੱਚੇ ਯੂਨੀਵਰਸਿਟੀ ਜਾਣਾ ਚਾਹੁੰਦੇ ਨੇ, ਕਿਉਂਕਿ ਬਹੁਤ ਵੱਡੇ ਪੱਧਰ ਤੇ ਸਿਰਫ ਕਾਲਜਿਸ ਨੂੰ ਆਪਸ਼ਨ ਹੈ। ਦੇਖੋ ਸਟੂਡੈਂਟ ਨੂੰ ਮੇਰੇ ਖਿਆਲ ਦੇ ਨਾਲ ਐਂਡ ਆਫ ਦਾ ਡੇ ਗਵਰਨਮੈਂਟ ਕਾਲਜਿਸ ਜਾਂ ਯੂਨੀਵਰਸਿਟੀ ਦੇ ਆਪਸ਼ਨ ਹੀ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਯੂਨੀਵਰਸਿਟੀ ਕੋਲ ਪਹਿਲੀ ਤਾਂ ਗੱਲ ਹੈ ਕਿ ਉਹਨਾਂ ਕੋਲ ਵਾਈਡ ਰੇਂਜ ਆਫ ਕੋਰਸਿਸ ਹੈਗੇ ਆ, ਇੰਨੇ ਕਿਸੇ ਕਦੇ ਵੀ ਕਿਸੇ ਕਾਲਜਿਸ ਕੋਲ ਇੰਨੇ ਕੋਰਸਿਸ, ਕਿਉਂਕਿ ਕਾਲਜਿਸ ਨੂੰ ਅਪਰੂਵਲ ਲੈਣੇ ਪੈਂਦੇ ਆ ਯੂਨੀਵਰਸਿਟੀ ਨੂੰ, ਕੋਰਸਿਸ ਦੀ ਯੂਨੀਵਰਸਿਟੀ ਜਿਹੜੀਆਂ ਹੁੰਦੀਆਂ ਹਮੇਸ਼ਾ ਗਵਰਨਮੈਂਟ ਫੰਡਡ ਹੁੰਦੇ ਆ, ਉਹਨਾਂ ਕੋਲ ਉਹਨਾਂ ਨੂੰ ਅਪਰੂਵਲ ਔਰ ਇਸ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ, ਅਤੇ ਯੂਨੀਵਰਸਿਟੀਜ਼ ਕੋਲ ਤੁਹਾਨੂੰ ਜ਼ਿਆਦਾ ਹੀ ਅੱਛੇ ਆਪਸ਼ਨ ਮਿਲਣਗੇ। ਜਿਹੜੇ ਵੀ ਸਟੂਡੈਂਟ ਨੇ ਅਗਰ ਕੈਨੇਡਾ ਟਰਾਈ ਕਰਨਾ, ਤਾਂ ਇੱਕ ਵਾਰੀ ਆਪਸ਼ਨ ਲੈ ਕੇ ਚਲੇ ਗਏ, ਉਹ ਪਹਿਲੇ ਯੂਨੀਵਰਸਿਟੀ ਦੇ ਕੋਰਸਿਸ ਸਰਚ ਕਰ ਲੈਣ, ਕਿਉਂਕਿ ਜੇ ਅਗਰ ਉਹਨਾਂ ਦਾ ਕਾਲਜਿਸ ਵੱਲ ਉਹਨਾਂ ਨੂੰ ਨਹੀਂ ਮਿਲ ਰਿਹਾ ਕੋਰਸ, ਤਾਂ ਉਹਨਾਂ ਦੇ ਜਿਹੜੇ ਕੋਰਸਿਸ ਆ ਉਹ ਉਹਨਾਂ ਨੂੰ ਯੂਨੀਵਰਸਿਟੀ 'ਚ ਮਿਲ ਜਾਣੇ ਨੇ। ਜਿਹੜੇ ਬੱਚੇ ਹੁਣ ਥੋੜ੍ਹੇ ਕਨਫਿਊਜ਼ ਨੇ, ਜਿਵੇਂ 5.5 ਬੈਂਡ ਆ ਗਏ, ਵੀ ਕੈਨੇਡਾ ਜਾਈਏ ਜਾਂ ਨਿਊਜ਼ੀਲੈਂਡ ਟਰਾਈ ਕਰ ਲਈਏ, ਕੀ ਕਹਿਣਾ ਉਹਨਾਂ ਨੂੰ? ਦੇਖੋ ਅਗਰ 5.5 ਆਏ ਤਾਂ ਨਿਊਜ਼ੀਲੈਂਡ ਹੀ ਟਰਾਈ ਕਰੋ, ਮੇਰੇ ਖਿਆਲ ਨਾਲੋਂ ਜ਼ਿਆਦਾ ਬੈਟਰ ਹੈਗਾ। ਕੈਨੇਡਾ ਮੈਂ ਤੁਹਾਨੂੰ ਦੱਸਿਆ ਕਿ ਮੈਂ 5.5 ਤੇ ਹਜੇ ਤੱਕ ਕੋਈ ਵੀ ਵੀਜ਼ਾ ਨਹੀਂ ਲਗਾਇਆ ਮਾਈਸੈਲਫ। ਅੱਛਾ, ਬੜਾ ਇਹ ਸੁਣਨ ਦੇ ਵਿੱਚ ਆਉਂਦਾ ਹੈ, ਆਈ ਹਰਡ ਕਿ ਵੀਜ਼ਾ ਲਏ ਆ ਲੋਕਾਂ ਨੇ। ਨਹੀਂ ਲਏ, ਬਟ ਉੱਥੇ ਵੀ ਇਹ ਚੀਜ਼ਾਂ ਕਾਊਂਟ ਕਰਦੀਆਂ, ਸਿਰਫ ਇਹ ਤਾਂ ਇੱਕ ਆਇਲਸ ਹੋ ਗਿਆ ਨਾ, ਜਿਹੜਾ ਤੁਹਾਡੀ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਪ੍ਰੋਫੀਸ਼ੀਐਂਸੀ ਉਹ ਟੈਸਟ ਕਰਨਾ, ਪਰਸੈਂਟੇਜ ਹੈ ਤੁਹਾਡੇ, ਉਸ ਤੋਂ ਬਾਅਦ ਹਰ ਚੀਜ਼ ਜਿਹੜੀ ਆ ਉਹ ਜਨਰਲ ਦੇ ਵਿੱਚ ਫਾਈਲ ਲੱਗਣੀ ਆ, ਫੰਡਸ ਵੀ ਉਹਦੇ ਦਿਖਾਉਣੇ ਆ, ਬਿਲਕੁਲ। ਸੋ ਉਹ ਚੀਜ਼ਾਂ ਵੀ ਮੈਟਰ ਕਰਦੀਆਂ ਇਹਦੇ ਵਿੱਚ ਜਾ ਕੇ, ਬਿਲਕੁਲ ਉਹ ਤਾਂ ਚੀਜ਼ਾਂ ਮੈਟਰ। ਮੈਂ ਤਾਂ ਹੀ ਕਰਕੇ ਕਹਿ ਰਿਹਾ ਨਾ ਕਿ ਮੈਂ 5.5 ਤੇ ਲਗਾਈ ਨਹੀਂ ਫਾਈਲ, ਤੇ ਇਸ ਕਰਕੇ ਮੈਂ ਇਸ ਚੀਜ਼ਾਂ ਨੂੰ ਜ਼ਿਆਦਾ ਸੋਚ ਹੀ ਨਹੀਂ ਰਹੀ। ਮੈਂ ਸਟੂਡੈਂਟ ਨੂੰ ਇਹੀ ਕਹਿ ਰਹੀ ਹਾਂ ਕਿ ਠੀਕ ਹੈ, ਅਗਰ 5.5 ਆਇਆ, ਅਗਰ ਕੈਨੇਡਾ ਹੀ ਤੇਰਾ ਇੰਟਰਸਟ ਆ ਤਾਂ 1 ਸਾਲ ਵੇਟ ਕਰ ਲਾ, ਕੋਈ ਗੱਲ ਨਹੀਂ, ਤੂੰ ਆਇਲਸ ਇੰਪਰੂਵ ਕਰਕੇ ਦੁਬਾਰਾ ਦੇ। ਉਹ ਅਗਰ 1 ਸਾਲ ਦਾ ਗੈਪ ਬਣ ਜਾਏਗਾ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਜ਼ਿਆਦਾ ਮੈਟਰ ਨਹੀਂ ਕਰਦਾ, ਇੰਸਟੈਡ ਆਫ ਤੇਰਾ ਜਿਹੜਾ 5.5 ਦੇ ਉੱਤੇ ਜਰਨਲ ਵਿੱਚ ਫਾਈਲ ਲਗਾਉਣਾ ਔਰ ਫੰਡ ਸ਼ੋ ਕਰਨਾ, ਉਹ ਮੈਟਰ ਕਰਦਾ। ਤੁਸੀਂ ਆਪ ਕਾਫੀ ਫੋਰਨ ਦੇ ਵਿੱਚ ਗਏ ਹੋ, ਕਾਫੀ ਟੂਰਸ ਲਾਏ ਨੇ, ਕਾਫੀ ਸਟੂਡੈਂਟ ਦੀ ਲਾਈਫ ਨੂੰ ਨੇੜੇ ਦੇਖਿਆ, ਜਿਨ੍ਹਾਂ ਦੀ ਕਮਿਊਨੀਕੇਸ਼ਨ ਹੁਣ ਜਿਵੇਂ 5.5 ਬੈਂਡ ਵਾਲਾ ਚਲਾ ਗਿਆ, ਇੱਕ ਬੱਚਾ 6.5 ਵਾਲਾ ਗਿਆ, ਕਮਿਊਨੀਕੇਸ਼ਨ ਲੈਵਲ ਘੱਟ ਹੈ, ਉਹ ਕਿੱਦਾਂ ਦੀ ਪ੍ਰੋਬਲਮਸ ਫੇਸ ਕਰਦਾ ਜਾ ਕੇ? ਦੇਖੋ ਐਂਡ ਆਫ ਦਾ ਡੇ ਜਿਹੜੀ ਅਸੀਂ ਸਟਾਰਟ ਕੀਤੀ ਲੈਵਲ ਉਹਦੇ ਤੋਂ ਆਪਣੇ ਪ੍ਰੋਗਰਾਮ ਤੋਂ ਕਿ ਐਂਡ ਆਫ ਦਾ ਡੇ ਸਟੂਡੈਂਟ ਨੇ ਆਪਣਾ ਕਰੀਅਰ ਬਣਾਉਣਾ। ਅਗਰ ਕਰੀਅਰ ਬਣਾ ਕੇ ਉਹ ਕਿਸੇ ਇੰਪਲੋਇਰ ਕੋਲ ਜਾ ਰਿਹਾ ਹੈ ਜਾਂ ਇੰਪਲੋਇਰ ਨੂੰ ਉਹਦੇ ਇੰਟਰਵਿਊ ਦਾ ਆਨਸਰ ਹੀ ਨਹੀਂ ਦੇ ਪਾ ਰਿਹਾ, ਉਹਨੂੰ ਇੰਗਲਿਸ਼ ਸਮਝ ਹੀ ਨਹੀਂ ਆ ਰਹੀ ਜਾਂ ਆਪਣੇ ਕਸਟਮਰ ਦੀਆਂ ਗੱਲਾਂ ਉਹਨੂੰ ਸਮਝ ਹੀ ਨਹੀਂ ਆ ਰਿਹਾ, ਇੰਪਲੋਇਰ ਨੂੰ ਇਹ ਸਮਝ ਆ ਰਿਹਾ ਕਿ ਉਹਨੂੰ ਇਹਨੂੰ ਆਪਣੇ ਕਸਟਮਰ ਦੀਆਂ ਜਾਂ ਆਪਣੇ ਆਪਣੇ ਲੈਵਲ ਦੇ ਲੋਕਾਂ ਦੀ ਗੱਲਾਂ ਸਮਝ ਨਹੀਂ ਆਉਣਗੀਆਂ, ਇਹਦਾ ਕਮਿਊਨੀਕੇਸ਼ਨ ਜਾਂ ਹੀ ਇਜ਼ ਨੋਟ ਏਬਲ ਟੂ ਐਕਸਪਲੇਨ ਥਿੰਗਸ। ਠੀਕ ਹੈ, ਇੱਕ ਅੱਛਾ ਪ੍ਰੋਗਰਾਮਰ ਹੈ, ਬੜਾ ਅੱਛਾ ਕੰਪਿਊਟਰ, ਇਹਨੂੰ ਕੰਪਿਊਟਰ ਅੱਛਾ ਆਉਂਦਾ ਹੈ, ਇਹਦਾ ਪ੍ਰੋਗਰਾਮ ਬਹੁਤ ਅੱਛਾ ਹੈ, ਇਹ ਮਤਲਬ ਇੱਕ ਅੱਛਾ ਵੈਲ ਟ੍ਰੇਨਡ ਜਾਵਾ ਟ੍ਰੇਨ ਜਾਂ C++ ਟ੍ਰੇਨਡ ਬੰਦਾ ਹੈਗਾ, ਲੇਕਿਨ ਐਂਡ ਆਫ ਦਾ ਡੇ ਉਹ ਆਪਣੇ ਆਪ ਨੂੰ ਕਮਿਊਨੀਕੇਟ ਨਹੀਂ ਕਰ ਪਾ ਰਿਹਾ, ਤਾਂ ਉਹਦਾ ਕੋਈ ਯੂਜ਼ ਹੀ ਨਹੀਂ ਹੈ ਨਾ ਉਸ ਕੰਟਰੀ 'ਚ। ਕੰਟਰੀ ਜਿਹੜੀ ਮਰਜ਼ੀ, ਕਮਿਊਨੀਕੇਸ਼ਨ ਲੈਵਲ, ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਲੈਂਗੁਏਜ ਕਮਾਂਡ ਲਈ ਉਹ ਜ਼ਰੂਰੀ ਹੈ, ਬਿਲਕੁਲ। ਸੋ ਬਿਲਕੁਲ, ਅੱਜ ਦੇ ਸ਼ੋਅ ਦੇ ਵਿੱਚ ਇਹੀ ਕੋਸ਼ਿਸ਼ ਕੀਤਾ ਵੀ ਜਿਹੜੇ ਬੱਚੇ ਨੇ ਉਹਨਾਂ ਦਾ ਪ੍ਰੋਪਰਲੀ ਅਵੇਅਰਨੈਸ ਪਹੁੰਚ ਸਕੇ ਨਿਊਜ਼ੀਲੈਂਡ ਅਤੇ ਕੈਨੇਡਾ ਨੂੰ ਲੈ ਕੇ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆਪਣੀ ਪ੍ਰੋਫਾਈਲ ਨੂੰ ਲੈ ਕੇ, ਅਸੈਸਮੈਂਟ ਨੂੰ ਲੈ ਕੇ ਆ ਰਿਹਾ ਤਾਂ ਐਡ ਐਡਵਾਈਜ਼ਰ ਦੇ ਨੰਬਰ 'ਤੇ ਕਾਲ ਕਰਕੇ ਸਭ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਸਮਾਂ